ਲਓ ਜਿਹੜਾ ਪ੍ਰਕਰਨ ਤੁਸਾਂ ਨੇ ਹੁਕਮ ਕੀਤਾ ਹੈ ਉਸ ਪ੍ਰਕਰਨ ਨੂੰ ਟੁੰਬਣ ਦਾ ਯਤਨ ਕਰਨ ਲੱਗਾ। ਮਾਲਵੇ ਦੀ ਧਰਤੀ ਹੈ, ਮਾਲਵੇ ਦੀ ਧਰਤੀ ਤੇ ਕਲਗੀਧਰ ਦਸ਼ਮੇਸ਼ ਪਿਤਾ ਬਾਜਾਂ ਵਾਲੇ, ਬਾਗਾਂ ਵਾਲੇ, ਤਾਜਾਂ ਵਾਲੇ, ਸਾਜਾਂ ਵਾਲੇ, ਰਾਗਾਂ ਵਾਲੇ ਤੇ ਮਿੱਠੀਆਂ ਆਵਾਜ਼ਾਂ ਵਾਲੇ ਸ਼ਹਿਨਸ਼ਾਹ ਦੁਨੀਆਂ ਦੇ ਉੱਤੇ ਵਿਚਰਦੇ ਹੋਏ ਇਹਨਾਂ ਛੋਟੇ ਛੋਟੇ ਪਿੰਡਾਂ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਪਏ ਹੈ। ਉਹਨਾਂ ਨਿੱਕੇ ਨਿੱਕੇ ਪਿੰਡਾਂ ਦੇ ਨਾਂ ਆਪ ਜੀ ਦੇ ਨਾਲ ਮੈਂ ਤਿੰਨ ਚਾਰ ਸਾਂਝੇ ਕਰਦਾ। ਇੱਕ ਪਿੰਡ ਦਾ ਨਾਮ ਹੈ ਨੋਥੇਹਾਂ, ਦੂਜੇ ਪਿੰਡ ਦਾ ਨਾਮ ਹੈ ਕਾਲ ਝਰਾਣੀ, ਇੱਕ ਪਿੰਡ ਦਾ ਨਾਂ ਹੈ ਬੰਬੀਹਾ ਪੱਕਾ ਪਿੰਡ। ਇਹਨਾਂ ਪਿੰਡਾਂ ਦੇ ਵਿੱਚੋਂ ਵਿਚਰਦੇ ਹੋਏ ਸਾਹਿਬ ਜੀ ਛੱਤਿਆਣਾ ਪਿੰਡ ਵਿੱਚ ਪੁੱਜਦੇ ਹੈ। ਛੱਤਿਆਣਾ ਪਿੰਡ ਜਦੋਂ ਕਲਗੀਧਰ ਦਸ਼ਮੇਸ਼ ਪਿਤਾ ਜੀ ਗਏ, ਇੱਥੇ ਇੱਕ ਘਟਨਾ ਵਾਪਰਦੀ ਹੈ ਜੋ ਬੜੇ ਪਿਆਰ ਨਾਲ ਸੁਣਿਓ, ਗੌਰ ਨਾਲ ਸੁਣੋਗੇ ਤੁਹਾਡੇ ਦਿਲ ਅੰਦਰ ਸਿੱਖੀ ਦੇ ਬੂਟੇ ਦੀਆਂ ਜੜ੍ਹਾਂ ਮਜ਼ਬੂਤ ਹੋਣਗੀਆਂ। ਜਦੋਂ ਗੁਰੂ ਦਾਤਾ ਜੀ ਛੱਤਿਆਣੇ ਪਿੰਡ ਪੁੱਜੇ, ਗਰੀਬ ਨਿਵਾਸ ਸਵਾਮੀ ਜੀ ਦੇ ਨਾਲ ਕੁਝ ਲੋਕ ਤਨਖਾਹਾਂ ਤੇ ਕੰਮ ਕਰਨ ਵਾਲੇ ਸਿੱਖ ਵੱਸਦੇ ਸਨ। ਉਹ ਤਨਖਾਹਾਂ ਤੇ ਕੰਮ ਕਰਨ ਵਾਲੇ ਉਹਨਾਂ ਲੋਕਾਂ ਨੂੰ ਸਾਰੇ ਉਹ ਬਰਾੜ ਕਬੀਲੇ ਦੇ ਲੋਕ ਸਨ। ਉਹ ਬਰਾੜ ਲੋਕ ਖਲੋ ਕੇ ਕਹਿਣ ਲੱਗੇ, ਮਹਾਰਾਜ ਅਸੀਂ ਤੁਹਾਡੇ ਨਾਲ ਤਾਂ ਜਾਣਾ ਜੇ ਸਾਨੂੰ ਪਹਿਲੀ ਤਨਖਾਹ ਦੇਵੋਗੇ। ਗੁਰੂ ਜੀ ਕਹਿਣ ਲੱਗੇ, ਹਜੇ ਖਜ਼ਾਨਾ ਥੋੜ੍ਹਾ ਜਿਹਾ ਮਸਤਾਨਾ ਹੋਇਆ, ਜਦੋਂ ਕਿਤੇ ਕਿਸੇ ਪਾਸੋਂ ਗੁਰੂ ਨਾਨਕ ਨੇ ਰਹਿਮਤ ਬਰਸਾਈ ਖਜ਼ਾਨੇ ਦੇ ਵਿੱਚ, ਸਾਹਿਬ ਨੇ ਕਿਤੇ ਰਹਿਮਤ ਬਰਤਾਈ ਤੇ ਉਦੋਂ ਤੁਹਾਡੀ ਤਨਖਾਹ ਦਿੱਤੀ ਜਾਏਗੀ। ਇਹ ਕਹਿਣ ਲੱਗੇ, ਮਹਾਰਾਜ ਅਸੀਂ ਤਾਂ ਇੱਕ ਪੈਰ ਵੀ ਅਗਾਂਹ ਨਹੀਂ ਤੁਰਨਾ, ਪਹਿਲਾਂ ਸਾਨੂੰ ਰੁਪਈਏ ਦਿਓ, ਪਹਿਲਾਂ ਸਾਨੂੰ ਪਿਛਲੀ ਤਨਖਾਹ ਦਿਓ। ਕਲਗੀ ਵਾਲੇ ਪਾਤਸ਼ਾਹ ਨੇ ਇੱਕ ਰਹਿਮਤ ਬਰਸਾਈ, ਉੱਥੇ ਇੱਕ ਬੜਾ ਅਮੀਰ ਧਨੀ ਪੁਰਸ਼ ਆਇਆ ਜੋ ਗੁਰੂ ਚਰਨਾਂ ਦੇ ਵਿੱਚ ਮਾਇਆ ਅਰਪਣ ਕਰਕੇ ਗਿਆ। ਉਹ ਸੁਖਣਾ ਦਸਬੰਦ ਦੀ ਭੇਟਾ ਉਹਦੇ ਕੋਲ ਹੈ, ਉਹ ਗੁਰੂ ਚਰਨਾਂ ਨੂੰ ਮਾਇਆ ਉਹਨੇ ਭੇਟ ਕੀਤੀ ਹੈ। ਤੇ ਸਾਹਿਬ ਜੀ ਨੇ ਸਾਰੇ ਬਰਾੜਾਂ ਨੂੰ ਆਵਾਜ਼ਾਂ ਮਾਰੀਆਂ, ਕਹਿਣ ਲੱਗੇ ਆਓ ਵੀ ਮਿੱਤਰੋ ਆਪੋ ਆਪਣੀ ਤਨਖਾਹ ਲੈ ਲਓ। ਲਾਈਨ ਬੱਜ ਕੇ ਖਲੋ ਗਏ, ਹੁਣ ਲਾਈਨ ਬੱਧੀ ਪਈ ਆ, ਸਾਰੇ ਜਣੇ ਖਲੋਤੇ ਨੇ। ਕੱਲਾ ਕੱਲਾ ਜਦੋਂ ਗੁਰੂ ਜੀ ਦੇ ਨੇੜੇ ਆਉਂਦਾ, ਗਰੀਬ ਨਿਵਾਸ ਸਵਾਮੀ ਜੀ ਮੁਸਕਰਾ ਕੇ ਕਹਿੰਦੇ, ਬੋਲ ਬਈ ਮਿੱਤਰਾ, ਸਿੱਖੀ ਚਾਹੀਦੀ ਆ ਕਿ ਤਨਖਾਹ ਚਾਹੀਦੀ ਆ? ਉਹ ਅੱਗੋਂ ਖਤਰੀ ਜੀ ਹਾਸੀ ਹੱਸ ਕੇ ਬੰਦਾ ਆਖਦਾ, ਕਹਿਣ ਲੱਗਾ, ਮਹਾਰਾਜ ਸਿੱਖ ਤਾਂ ਅਸੀਂ ਹੈਗੇ ਹੀ ਆਂ, ਅੱਜ ਸਾਨੂੰ ਤਨਖਾਹ ਚਾਹੀਦੀ ਆ। ਅੱਜ ਸਿੱਖ ਤੇ ਅਸੀਂ ਹੈਗੇ ਹੀ ਆਂ, ਅੱਜ ਸਾਨੂੰ ਤਨਖਾਹ ਚਾਹੀਦੀ। ਗੁਰੂ ਜੀ ਤਨਖਾਹ ਦੇ ਦਿੰਦੇ। ਅਗਲਾ ਆਉਂਦਾ, ਉਹਨੂੰ ਪੁੱਛਦੇ, ਬੋਲ ਬਈ ਤੈਨੂੰ ਤਨਖਾਹ ਚਾਹੀਦੀ ਕਿ ਸਿੱਖੀ ਚਾਹੀਦੀ ਆ? ਉਹ ਵੀ ਉਹੋ ਹੀ ਘੜਿਆ ਘੜਾ ਜਵਾਬ, ਮਹਾਰਾਜ ਸਿੱਖ ਤਾਂ ਅਸੀਂ ਹੈਗੇ ਹੀ ਆਂ, ਅੱਜ ਸਾਨੂੰ ਤਨਖਾਹ ਚਾਹੀਦੀ ਆ। ਸਾਰਿਆਂ ਨੂੰ ਰੁਪਈਏ ਦੇ ਦਿੱਤੇ ਗੁਰੂ ਦਾਤਾ ਜੀ ਨੇ। ਇਹਨਾਂ ਬਰਾੜਾਂ ਦਾ ਮੁਖੀ ਜਿਹੜਾ, ਉਹਦਾ ਨਾਂ ਹੈ ਭਾਈ ਦਾਨਾ ਬਰਾੜ। ਸਾਹਿਬ ਜੀ ਨੇ ਆਵਾਜ਼ ਮਾਰੀ, ਕਹਿਣ ਲੱਗੇ, ਦਾਨਿਆ ਆ ਜਾ, ਤੂੰ ਵੀ ਤਨਖਾਹ ਲੈ ਲਾ। ਉਹ ਦਾਨੇ ਨੇ ਹੱਥ ਜੋੜੇ, ਕਹਿਣ ਲੱਗਾ, ਸਤਿਗੁਰੂ ਜੀ ਮੈਨੂੰ ਸਿੱਖੀ ਚਾਹੀਦੀ ਆ, ਮੈਨੂੰ ਤਨਖਾਹ ਨਹੀਂ ਚਾਹੀਦੀ, ਮੈਨੂੰ ਸਿੱਖੀ ਚਾਹੀਦੀ ਆ। ਗੁਰੂ ਜੀ ਕਹਿਣ ਲੱਗੇ, ਵਾਹ ਭਾਈ ਦਾਨਿਆ, ਕੁਝ ਹੋਰ ਮੰਗ ਲਾ ਜੇ ਮੰਗਣਾ। ਉਹ ਭਾਈ ਦਾਨਾ ਕਹਿਣ ਲੱਗਾ, ਮਹਾਰਾਜ ਤੁਸੀਂ ਭਾਈ ਕਹਿ ਕੇ ਬੁਲਾਇਆ, ਬੜੀ ਕਿਰਪਾ ਕੀਤੀ ਆ। ਗੁਰੂ ਜੀ ਕਹਿਣ ਲੱਗੇ, ਹਾਂ ਦਾਨ ਸਿੰਘਾ ਆ ਜਾ, ਮੈਂ ਤੈਨੂੰ ਗੱਲ ਨਾਲ ਲਾਵਾਂ, ਮੰਗ, ਹੋਰ ਕੀ ਮੰਗਣਾ। ਭਾਈ ਦਾਨੇ ਨੇ ਆਖਿਆ, ਮਹਾਰਾਜ ਤੁਸੀਂ ਭਾਈ ਵੀ ਕਹਿ ਦਿੱਤਾ ਤੇ ਸਿੰਘ ਵੀ ਕਹਿ ਦਿੱਤਾ, ਹੁਣ ਅੰਮ੍ਰਿਤ ਦੀ ਦਾਤ ਬਖਸ਼ ਕੇ ਫਿਰ ਵਾਕਈ ਦਾਨ ਸਿੰਘ ਬਣਾ ਲਓ, ਦਾਨੇ ਨੂੰ ਦਾਨ ਸਿੰਘ ਬਣਾ ਲਓ। ਇੱਥੇ ਖੰਡੇ ਵਟੇ ਦੀ ਪੌਲ ਤਿਆਰ ਹੋਈ, ਦਾਨਾ ਅੰਮ੍ਰਿਤ ਛੱਕ ਕੇ ਦਾਨ ਸਿੰਘ ਬਣਿਆ। ਤੇ ਗੁਰੂ ਦਾਤਾ ਜੀ ਦੇ ਕੋਲੇ ਜਿਹੜੇ ਬਾਕੀ ਰੁਪਈਏ ਬਚ ਗਏ ਨਾ, ਤਨਖਾਹਾਂ ਵੰਡ ਕੇ ਮਾਇਆ ਬਚ ਗਈ, ਉਹ ਰੁਪਈਏ ਸਾਹਿਬ ਨੇ ਟੋਆ ਪਟਿਆ, ਉੱਥੇ ਥੱਲੇ ਧਰਤੀ ਵਿੱਚ ਦੱਬ ਦਿੱਤੇ। ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ, ਗੁਰਦੁਆਰਾ ਗੋਪਤਸਰ ਸਾਹਿਬ ਛੱਤਿਆਣਾ ਨਗਰ ਦੇ ਵਿੱਚ। ਗੁਰੂ ਦਾਤਾ ਜੀ ਅਗਾਂਹ ਚਲੇ ਗਏ ਤੇ ਜਿਹੜੇ ਤਨਖਾਹਾਂ ਲੈਣ ਵਾਲੇ ਬਰਾੜ ਸਨ, ਉਹਨਾਂ ਨੇ ਉਹ ਰੁਪਈਏ ਲੱਭਣ ਵਾਸਤੇ ਟੋਆ ਪੁੱਟ ਲਿਆ। ਉਹਨਾਂ ਨੇ ਬੜਾ ਯਤਨ ਕੀਤਾ ਵੀ ਜਿਹੜੀ ਮਾਇਆ ਗੁਰੂ ਜੀ ਦੱਬ ਕੇ ਗਏ ਆ, ਉਹ ਸਾਰੀ ਮਾਇਆ ਆਪਾਂ ਲੱਭੀਏ, ਉਹ ਮਿੱਟੀ ਛਣ ਹਟੇ। ਉਹਨਾਂ ਨੂੰ ਖੋਟੀ ਕੌਡੀ ਵੀ ਉੱਥੋਂ ਲੱਭੀ ਨਾ। ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ, ਸਾਰੀਆਂ ਸੰਗਤਾਂ ਦਰਸ਼ਨ ਕਰਦੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਕਰ ਰਹੀ ਆ। ਹੁਣ ਗੁਰੂ ਦਾਤਾ ਜੀ ਅਗਾਂਹ ਚਲੇ ਗਏ। ਇੱਥੇ ਮੈਂ ਜਿਹੜੀ ਗੱਲ ਤੁਹਾਡੀ ਸੇਵਾ 'ਚ ਕਹਿਣ ਲੱਗਾ,
ਜਿਹੜੇ ਲੋਕਾਂ ਨੇ ਮਿੱਟੀ ਛਾਣੀ ਤਾਂ ਜਿਹੜੇ ਲੋਕਾਂ ਨੇ ਸਿੱਖੀ ਮੰਗੀ, ਇਹ ਦੋ ਬਰਾੜ ਨੇ। ਹੁਣ ਆਪਾਂ ਵੇਖਣਾ, ਆਪਾਂ ਮਿੱਟੀ ਛਾਣਨ ਵਾਲੇ ਬਣਨਾ ਕਿ ਆਪਾਂ ਸਿੱਖੀ ਮੰਗਣ ਵਾਲੇ ਬਣਨਾ। ਜਿਹਨਾਂ ਬਰਾੜਾਂ ਨੇ ਮਿੱਟੀ ਛਾਣੀ ਉਹਨਾਂ ਦੀ ਅੰਸ਼ ਬੰਸ਼ ਅੱਗਾਂ ਵੱਧਦੀ ਗਈ। ਉਹਨਾਂ ਦੇ ਪਰਿਵਾਰ ਦੇ ਕੁਝ ਬੰਦੇ, ਮੋਗਾ ਜ਼ਿਲ੍ਹੇ ਦੇ ਵਿੱਚ ਪਿੰਡ ਹੈ, ਪਿੰਡ ਦਾ ਨਾਂ ਹੈ ਪੱਤੋ ਹੀਰਾ ਸਿੰਘ। ਪੱਤੋ ਹੀਰਾ ਸਿੰਘ ਪਿੰਡ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਦੇ ਬੰਦੇ ਵੱਸਦੇ ਨੇ ਤੇ ਉਹਨਾਂ ਦੇ ਘਰ ਇੱਕ ਪੁੱਤਰ ਪੈਦਾ ਹੋਇਆ, ਉਹਦਾ ਨਾਂ ਰੱਖਿਆ ਕੁਲਦੀਪ ਸਿੰਘ ਬਰਾੜ, ਜਿਹੜਾ ਬਾਅਦ ਵਿੱਚ ਕੁਲਦੀਪ ਬਰਾੜ ਬਣ ਕੇ ਦਰਬਾਰ ਸਾਹਿਬ ਉੱਤੇ ਅਟੈਕ ਕਰਨ ਵਾਸਤੇ ਫੌਜਾਂ ਦੀ ਅਗਵਾਈ ਕਰਦਾ। ਉਹ ਮਿੱਟੀ ਛਾਣਨ ਵਾਲਿਆਂ ਦੀ ਅੰਸ਼ ਬੰਸ਼ ਹੈ। ਤੇ ਉੱਧਰ ਭਾਈ ਦਾਨ ਸਿੰਘ ਬਰਾੜ ਦੀ ਅੰਸ਼ ਬੰਸ਼ ਵੀ ਵੱਧਦੀ ਗਈ। ਭਾਈ ਦਾਨ ਸਿੰਘ ਬਰਾੜ ਦੀ ਅੰਸ਼ ਬੰਸ਼ ਮੋਗਾ ਜ਼ਿਲ੍ਹੇ ਦੇ ਵਿੱਚ ਹੀ ਪਿੰਡ ਹੈ ਰੋਡੇ, ਰੋਡੇ ਪਿੰਡ ਦੇ ਵਿੱਚ ਉਹਨਾਂ ਦੀ ਵੰਸ਼ ਵੱਸਦੀ ਆ। ਤੇ ਉਸ ਵੰਸ਼ ਦੇ ਵਿੱਚ ਇੱਕ ਬੰਦਾ ਪੈਦਾ ਹੋਇਆ, ਉਹਦਾ ਨਾਂ ਜੋਗਿੰਦਰ ਸਿੰਘ ਬਰਾੜ। ਤੇ ਜੋਗਿੰਦਰ ਸਿੰਘ ਬਰਾੜ ਦੇ 7 ਪੁੱਤਰ ਨੇ, 7 ਪੁੱਤਰਾਂ ਦੇ ਵਿੱਚੋਂ ਜਿਹੜੇ ਸਭ ਤੋਂ ਛੋਟੇ ਨੇ ਉਹਦਾ ਨਾਂ ਹੈ ਜਰਨੈਲ ਸਿੰਘ ਬਰਾੜ। ਸਕੂਲੇ ਉਹਨਾਂ ਦਾ ਨਾਂ ਰੱਖਿਆ ਜਰਨੈਲ ਸਿੰਘ ਬਰਾੜ, ਸਕੂਲ ਦੇ ਵਿੱਚ ਜਰਨੈਲ ਸਿੰਘ ਬਰਾੜ ਹੀ ਲਿਖਿਆ। ਤੇ ਅੱਜ ਉਸ ਜਰਨੈਲ ਸਿੰਘ ਬਰਾੜ ਨੂੰ ਆਪਾਂ ਸਾਰੀਆਂ ਸੰਗਤਾਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਮ ਨਾਲ ਜਾਣਦੇ ਹਾਂ। ਇਹ ਹੈ ਪਿਛੋਕੜ, ਕੁਝ ਮਿੱਟੀ ਛਾਣਨ ਵਾਲੇ ਲੋਕ ਨੇ ਤੇ ਕੁਝ ਸਿੱਖੀ ਮੰਗਣ ਵਾਲੇ ਲੋਕ ਨੇ। ਆਪਾਂ ਕਿੱਦਾਂ ਦੇ ਬਣਨਾ, ਆਪਣੇ ਗਰੀਬਾਨ ਮੈਂ ਸਿਰ ਨੀਵਾਂ ਕਰ ਵੇਖ, ਆਪਾਂ ਆਪਣੇ ਮਨ ਵਿੱਚ ਝਾਤੀ ਮਾਰਨੀ ਹੈ। ਹੁਣ ਇਹ ਕੁਲਦੀਪ ਬਰਾੜ ਫੌਜਾਂ ਲੈ ਕੇ ਆਇਆ, ਇਹ ਮੱਥਾ ਲਾਉਣ ਵਾਲਿਆਂ ਵਿੱਚ ਹੈ। ਤੇ ਉੱਧਰ ਬਾਬਾ ਜਰਨੈਲ ਸਿੰਘ ਜੀ ਉਹ ਮੱਥਾ ਟੇਕਣ ਵਾਲਿਆਂ ਵਿੱਚ ਤੇ ਦੁਸ਼ਮਣਾਂ ਦਾ ਮੱਥਾ ਭੰਨਣ ਵਾਲਿਆਂ ਵਿੱਚ ਹੈ। ਇਹ ਦੋਨੋਂ ਗੱਲਾਂ ਆਪਣੇ ਮਨ ਵਿੱਚ ਟਿਕਾ ਕੇ ਰੱਖਿਓ। ਕੁਝ ਲੋਕ ਮੱਥਾ ਟੇਕਦੇ ਨੇ, ਕੁਝ ਲੋਕ ਮੱਥਾ ਲਾ ਲੈਂਦੇ ਨੇ, ਜਿਹੜੇ ਮੱਥਾ ਟੇਕਦੇ ਨੇ ਮੱਥਾ ਲਾਉਣ ਵਾਲਿਆਂ ਦਾ ਉਹ ਮੱਥਾ ਭੰਨ ਦਿੰਦੇ ਨੇ, ਉਹ ਮੱਥਾ ਲਾਉਣ ਵਾਲਿਆਂ ਦਾ ਮੱਥਾ ਭੰਨ ਦਿੰਦੇ ਨੇ। ਤੇ ਇੱਕ ਬੜੀ ਹੈਰਾਨੀ ਦੀ ਗੱਲ ਹੈ, ਲੜਨ ਵਾਲਾ ਵੀ ਬਰਾੜ ਤੇ ਮੋਹਰੇ ਲੜਾਈ ਨੂੰ ਟਾਲਣ ਵਾਲਾ ਵੀ ਬਰਾੜ, ਮੁਕਾਬਲਾ ਕਰਨ ਵਾਲਾ ਵੀ ਬਰਾੜ। ਅੰਮ੍ਰਿਤਸਰ ਜ਼ਿਲ੍ਹੇ ਦਾ DC ਆ, ਉਹਦਾ ਨਾਂ ਹੈ ਗੁਰਦੇਵ ਸਿੰਘ ਬਰਾੜ, ਉਹ ਵੀ ਬਰਾੜ। ਇੱਕ ਮਰਨ ਵਾਲੇ ਵੀ ਸਿੱਖ, ਮਾਰਨ ਵਾਲੇ ਵੀ ਸਿੱਖ, ਤੇ ਜਿਹਦੇ ਦਸਕਤਾਂ ਨਾਲ ਹਮਲਾ ਹੋਣਾ ਉਹ ਵੀ ਇੱਕ ਸਿੱਖ ਚੁਣਿਆ ਜਾ ਰਿਹਾ। ਤੇ ਬਾਅਦ ਵਿੱਚ ਪਾਰਲੀਮੈਂਟ ਦੇ ਵਿੱਚ ਜਦੋਂ ਕਿਤੇ ਇਸ ਸਿੱਖ ਕਤਲੇਆਮ ਦੀ ਮੁਆਫੀ ਮੰਗਣੀ ਤੇ ਮੁਆਫੀ ਵੀ ਇੱਕ ਸਿੱਖ ਪ੍ਰਧਾਨ ਮੰਤਰੀ ਦੇ ਕੋਲੋਂ ਮੰਗਵਾਈ ਜਾਂਦੀ ਆ। ਬਹੁਤ ਵੱਡਾ ਡਰਾਮਾ ਹੈ ਕਿ ਉਦੋਂ ਪਹਿਲਾਂ ਮਨਮੋਹਨ ਸਿੰਘ ਤੋਂ ਪਹਿਲਾਂ ਕਿਤੇ ਪ੍ਰਧਾਨ ਮੰਤਰੀ ਹੋਰ ਨਹੀਂ ਬਣੇ। ਇਹ ਕੇਵਲ ਤੇ ਕੇਵਲ ਰਾਜਨੀਤੀ ਹੈ, ਹਰ ਪਾਸੇ ਸਿੱਖਾਂ ਨੂੰ ਵਰਤਿਆ ਜਾਣਾ, ਹਰ ਪਾਸੇ ਸਿੱਖਾਂ ਨੂੰ ਜਲੀਲ ਕੀਤਾ ਜਾਣਾ। ਆ 1984 ਦੇ ਵਿੱਚ ਅਕਤੂਬਰ ਮਹੀਨੇ ਦੀ 20 ਤਰੀਕ ਦੀ ਦਾਸਤਾਨ ਮੈਂ ਤੁਹਾਡੀ ਸੇਵਾ ਦੇ ਵਿੱਚ ਰੱਖਣ ਲੱਗਾ। 20 ਅਕਤੂਬਰ ਦਾ ਦਿਨ ਹੈ, ਪ੍ਰਕਰਮਾ ਦੇ ਵਿੱਚ ਦਰਸ਼ਨ ਕਰਨ ਵਾਸਤੇ ਬੇਓੜਕੀਆਂ ਸੰਗਤਾਂ ਜਾਂਦੀਆਂ, ਬਹੁਤ ਜ਼ਿਆਦਾ ਗਿਣਤੀ ਦੇ ਅੰਦਰ ਸੰਗਤਾਂ ਜਾਂਦੀਆਂ। ਉਹ ਢੱਠੇ ਤਖ਼ਤ ਅਕਾਲ ਸਾਹਿਬ ਵੱਲ ਵੇਖ ਕੇ ਸਾਰਿਆਂ ਦੀਆਂ ਭੁੱਬਾਂ ਨਿਕਲ ਜਾਂਦੀਆਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਵੀ ਗੋਲੀਆਂ ਵੱਜੀਆਂ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਬਾਬਤ ਮੈਨੂੰ ਇੱਕ ਸ਼ੇਅਰ ਕਰਨ ਦਾ ਹੁਕਮ ਸੀ, ਹੁਣੇ ਯਾਦ ਆ ਗਿਆ, ਬਾਅਦ ਵਿੱਚ ਮੈਂ ਭੁੱਲ ਨਾ ਜਾਵਾਂ। ਪੰਜਾਬ ਦੀ ਧਰਤੀ ਦੇ ਉੱਤੇ ਅੱਜ ਬਾਬਾਬਾਦ ਬੜਾ ਫੈਲਦਾ ਜਾ ਰਿਹਾ, ਸਿੱਖਾਂ ਦੇ ਉੱਤੇ ਵੀ ਇੱਕ ਬਾਬੇ ਦਾ ਬੜਾ ਭੂਤ ਸਵਾਰ ਹੈ, ਉਹਦਾ ਨਾਂ ਹੈ ਬਾਬਾ ਰਾਮਦੇਵ। ਉਹ ਜਿਹੜਾ ਯੋਗਾ ਸਿਖਾਉਂਦਾ, ਕਈ ਤਾਂ ਸਾਡੇ ਸਿੱਖ ਸੰਗਤ ਵਿੱਚ ਬੈਠੇ ਵੀ ਨਾਂ ਰਗੜਦੇ ਰਹਿੰਦੇ ਆ, ਉਹ ਸਾੜੀ ਜੀ ਲਾ ਕੇ ਰੱਖਦਾ ਜਿਹੜਾ, ਉਹਦਾ ਬੜਾ ਭੂਤ ਸਵਾਰ ਹੈ ਲੋਕਾਂ ਦੇ ਉੱਤੇ ਬਾਬਾ ਰਾਮਦੇਵ। ਅਖਬਾਰ ਦੇ ਵਿੱਚ ਖਬਰ ਤੁਸਾਂ ਨੇ ਵੀ ਪੜ੍ਹੀ ਸੁਣੀ ਹੋਏਗੀ ਕਿ 5 ਜੂਨ ਦੀ ਰਾਤ ਨੂੰ ਬਾਬੇ ਰਾਮਦੇਵ ਨੇ ਜਨਾਨੀਆਂ ਵਾਲੇ ਕੱਪੜੇ ਪਾ ਕੇ ਪੁਲਿਸ ਵਾਲਿਆਂ ਤੋਂ ਆਪਣੇ ਆਪ ਨੂੰ ਲੁਕੋਇਆ, ਉਹਨੇ ਜਨਾਨੀਆਂ ਵਾਲੇ ਕੱਪੜੇ ਪਾ ਕੇ ਲੁਕੋਲਿਆ। ਤੇ 6 ਜੂਨ ਦੀ ਜਗਬਾਣੀ ਦੇ ਵਿੱਚ ਖਬਰ ਛਪੀ ਕਿ 5 ਜੂਨ ਦੀ ਰਾਤ ਨੂੰ
ਇਹ ਸਰਕਾਰ ਨੇ ਬਾਬੇ ਜਰਨੈਲ ਸਿੰਘ ਨੂੰ ਮਾਰਿਆ। ਜਗਬਾਣੀ ਦੇ ਵਿੱਚ ਇਵੇਂ ਲਿਖਿਆ ਕਿ 5 ਜੂਨ ਦੀ ਰਾਤ ਨੂੰ ਇਹ ਸਰਕਾਰ ਨੇ ਬਾਬੇ ਜਰਨੈਲ ਸਿੰਘ ਨੂੰ ਮਾਰਿਆ ਤੇ 5 ਜੂਨ ਦੀ ਰਾਤ ਨੂੰ ਆਖਿਆ ਬਾਬੇ ਰਾਮਦੇਵ ਨੂੰ ਮਾਰਨ ਲੱਗੇ। ਉਹ ਕਿੱਥੇ ਬਾਬਾ ਰਾਮਦੇਵ ਤੇ ਕਿੱਥੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ? ਆਹ ਦੋ ਸ਼ੇਰ ਕਹਿਣੇ ਆ, ਪਹਿਲਾਂ ਰਾਮਦੇਵ ਦਾ ਤੇ ਫਿਰ ਬਾਅਦ ਵਿੱਚ ਬਾਬਾ ਜਰਨੈਲ ਸਿੰਘ ਜੀ ਦਾ। ਪਹਿਲਾਂ ਰਾਮਦੇਵ ਦਾ ਆਪਾਂ ਥੋੜ੍ਹਾ ਜਿਹਾ ਜ਼ਿਕਰ ਕਰਨਾ ਚਾਹੀਦਾ। ਸ਼ਰਮਣ ਕਰਿਓ, ਜਿਹੜਾ ਕਰਦਾ ਸੀ ਗੱਲ ਕੁਰਬਾਨੀਆਂ ਦੀ ਲੋਕਾਂ ਕੋਲੋਂ ਫੁੱਲਾਂ ਦੇ ਹਾਰ ਪਾ ਕੇ, ਰਾਮਦੇਵ ਜਿਹੜਾ ਕਰਦਾ ਸੀ ਗੱਲ ਕੁਰਬਾਨੀਆਂ ਦੀ ਲੋਕਾਂ ਕੋਲੋਂ ਫੁੱਲਾਂ ਦੇ ਹਾਰ ਪਾ ਕੇ, ਲੋੜ ਪਈ ਜਦੋਂ ਜਿਗਰਾ ਦਿਖਾਲਣੇ ਦੀ, ਵੇਖੋ ਲੁਕ ਗਿਆ ਉਹ ਸਲਵਾਰ ਪਾ ਕੇ। ਰੀਸਾਂ ਭਗਤ ਸਿੰਘ ਦੀਆਂ ਕਰਨ ਵਾਲੇ ਦਾ ਨਕਾਬ ਚਿਹਰੇ ਦੇ ਉੱਤੋਂ ਚੁੱਕ ਗਿਆ ਸੀ। ਜਿਹੜਾ ਕਹਿੰਦਾ ਮੈਂ ਵੱਡਾ ਬ੍ਰਹਮ ਗਿਆਨੀ, ਉਹ ਤਾਂ ਵਿੱਚ ਜਨਾਨੀਆਂ ਲੁਕ ਗਿਆ ਸੀ। ਤੇ ਦੂਜੇ ਪਾਸੇ ਬਾਬਾ ਜਰਨੈਲ ਸਿੰਘ, ਉਸ ਸੱਚੇ ਸੰਤ ਸਿਪਾਹੀ ਨੇ ਈਨ ਮੰਨੀ ਨਾ ਹਿੰਦ ਦੀ ਰਾਣੀ ਦੀ, ਉਹਦੇ ਅੰਦਰ ਦੀ ਜੋ ਤਾਕਤ ਹੈ ਉਹ ਤਾਕਤ ਹੈ ਗੁਰਬਾਣੀ ਦੀ। ਅੰਮ੍ਰਿਤ ਦੀ ਬੂੰਦ ਉਹਦੇ ਸਿਰ ਚੜ੍ਹ ਕੇ ਸੰਗਤੇ ਬੋਲੀ ਸੀ, ਜ਼ਾਲਮ ਦੀ ਫੌਜ ਉਹਨੇ ਫਿਰ ਪੈਰਾਂ ਦੇ ਵਿੱਚ ਰੋਲੀ ਸੀ। ਉਸ ਬਲੀ ਬਹਾਦਰ ਬਾਜੋਂ ਕਿਸੇ ਨੇ ਟੈਂਕਾਂ ਮੂਹਰੇ ਤਣਨਾ ਨਹੀਂ। ਅੱਜ ਫਿਰਦੇ ਸੰਤ ਬਥੇਰੇ ਨੇ, ਪਰ ਕਿਸੇ ਨੇ ਭਿੰਡਰਾਂ ਵਾਲਾ ਫੜਨਾ ਨਹੀਂ। ਅੱਜ ਬੇਉੜਕਾ ਪੰਜਾਬ ਦੀ ਧਰਤੀ ਤੇ ਉਹਨੇ ਢਾਬੇ ਨਹੀਂ ਜਿਹਨੇ ਬਾਬੇ ਹੋਏ ਫਿਰਦੇ ਆ, ਪੰਜਾਬ ਦੀ ਧਰਤੀ ਦੇ ਉੱਤੇ ਉਹਨੇ ਢਾਬੇ ਨਹੀਂ ਜਿਹਨੇ ਬਾਬੇ ਆ, ਪਰ ਉਹ ਇੱਕੋ ਹੀ ਬਾਬਾ, ਉਹਦੀ ਇੱਕ ਬੜਕ ਦੇ ਨਾਲ ਸਰਕਾਰ ਦਾ ਤਖਤ ਹਿਲਦਾ। ਅੱਜ ਤੇ ਬਾਬਿਆਂ ਦੇ ਸੰਤ ਸਮਾਜ ਵੀ ਬਣੇ ਫਿਰਦੇ ਆ। ਸੰਤਾਂ ਦਾ ਜੇ ਸਮਾਜ ਹੋ ਜਾਵੇ ਫਿਰ ਤਾਂ ਦੁਨੀਆ ਸੁਧਰ ਜੂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਕੋਟਨ ਮੈਂ ਕਉ ਬਿਰਲਾ, ਏਕ ਆਦ ਸੰਤ ਕਹਾਵੇ, ਕੋਈ ਕਰੋੜਾਂ ਚੋਂ ਇੱਕ ਹੋ ਸਕਦਾ। ਇੱਥੇ ਤੇ ਬਾਬੇ ਇੱਕ ਪਿੰਡ ਦੇ ਵਿੱਚ ਦੋ ਦੋ ਦਰਜਣਾਂ ਸੰਤਾਂ ਦੀਆਂ ਪੰਜਾਬ ਵਿੱਚ ਹੋਈਆਂ ਫਿਰਦੀਆਂ। ਗੱਲ ਇਸ ਪਾਸੇ ਨਾ ਵੱਧ ਜਾਏ। ਆ 20 ਅਕਤੂਬਰ ਦਾ ਦਿਨ ਹੈ, 20 ਅਕਤੂਬਰ ਵਾਲੇ ਦਿਨ ਢੱਠੇ ਅਕਾਲ ਤਖਤ ਸਾਹਿਬ ਜੀ ਨੂੰ ਵੇਖਣ ਵਾਸਤੇ ਬਹੁਤ ਸਾਰੀਆਂ ਸੰਗਤਾਂ ਆਈਆਂ। ਉਹਨਾਂ ਸੰਗਤਾਂ ਵਿੱਚ 3 ਰੱਬੀ ਰੂਹਾਂ ਬੈਠੀਆਂ। ਉਹ ਤਿੰਨੋਂ ਜਾਣੇ ਆਪਸ ਵਿੱਚ ਗੱਲਾਂ ਕਰਦੇ ਆ, ਉਹਨਾਂ ਦੀ ਘੁਸਰ ਮੁਸਰ ਸ਼ਾਇਦ ਹੋਰ ਕਿਸੇ ਨੂੰ ਨਹੀਂ ਪਤਾ ਲੱਗਦੀ। ਬਾਅਦ ਵਿੱਚ ਸਰਦਾਰ ਕੇਹਰ ਸਿੰਘ ਨੇ ਇਹ ਗੱਲਾਂ ਦਾ ਖੁਲਾਸਾ ਕੀਤਾ ਕਿ ਅਸੀਂ ਕਿਹੜੀਆਂ ਗੱਲਾਂ ਕੀਤੀਆਂ। ਪ੍ਰਕਰਮਾਂ ਦੇ ਵਿੱਚ ਬੈਠੇ ਅਕਾਲ ਤਖਤ ਸਾਹਿਬ ਵੱਲ ਵੇਖਦੇ ਹੋਏ ਆਖ ਰਹੇ ਆ, ਕਹਿਣ ਲੱਗੇ ਇਹ ਸਾਰਾ ਕੰਮ ਆਪਣੀ ਮੈਡਮ ਨੇ ਕਰਵਾਇਆ, ਇਹ ਸਾਰਾ ਕੰਮ ਆਪਣੀ ਮੈਡਮ ਨੇ ਕਰਵਾਇਆ। ਉਹ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਕਰਦੇ ਆ ਅਰਦਾਸ, ਦਾਤਾ ਕਿਰਪਾ ਕਰ, ਅਸੀਂ ਤੇਰੇ ਘਰ ਦੀ ਸੇਵਾ ਕਰਨੀ ਚਾਹੁੰਦੇ ਹਾਂ। ਨੌਕਰ ਹਾਂ ਸਰਕਾਰ ਦੇ, ਪਰ ਕੰਮ ਅਸੀਂ ਨਿਰੰਕਾਰ ਦੀ ਓਟ ਲੈ ਕੇ ਕਰਨਾ ਚਾਹੁੰਦੇ ਹਾਂ। ਜਿਹਦੀ ਰਾਖੀ ਵਾਸਤੇ ਹਥਿਆਰ ਵਰਤਦੇ ਰਹੇ ਹਾਂ, ਅਸੀਂ ਆਪਣੇ ਹਥਿਆਰ ਹੁਣ ਉਹਦੇ ਉੱਤੇ ਵਰਤਣਾ ਚਾਹੁੰਦੇ ਹਾਂ। ਤੇ 24 ਅਕਤੂਬਰ ਵਾਲੇ ਦਿਨ ਦਿੱਲੀ ਦੀ ਧਰਤੀ ਤੱਕ ਅੰਮ੍ਰਿਤ ਸੰਚਾਰ ਹੁੰਦਾ, ਖੰਡੇ ਬਾਟੇ ਦੀ ਪਹੁਲ ਤਿਆਰ ਹੋਈ। 5 ਪਿਆਰੇ ਸਾਹਿਬਾਨਾਂ ਦੀ ਰਹਿਮਤ ਦੇ ਪਾਤਰ ਬਣਨ ਵਾਲਿਆਂ ਵਿੱਚ 2 ਗੁਰੂ ਕੇ ਸ਼ੇਰ, ਇੱਕ ਦਾ ਨਾਂ ਹੈ ਭਾਈ ਸਤਵੰਤ ਸਿੰਘ ਤੇ ਇੱਕ ਦਾ ਨਾਂ ਹੈ ਭਾਈ ਬੇਅੰਤ ਸਿੰਘ। ਇਹਨਾਂ ਦੋਨਾਂ ਜਾਣਿਆਂ ਨੇ ਅੰਮ੍ਰਿਤ ਛਕਿਆ, ਖੰਡੇ ਬਾਟੇ ਦੀ ਪਹੁਲ ਲਈ। ਬਾਜਾਂ ਵਾਲੇ ਦੇ ਨਾਦੀ ਪੁੱਤ ਮਾਤਾ ਸਾਹਿਬ ਕੌਰ ਦੇ ਚਾਏ ਬਣੇ ਹੈ, ਕਲਗੀਧਰ ਮਹਾਰਾਜ ਜੀ ਦੇ ਨੈਣਾਂ ਦੇ ਨੂਰ ਬਣ ਕੇ ਇਹ ਰੋਜ਼ ਨਿਤਨੇਮ ਕਰਦੇ ਹੈ। 5 ਕਕਾਰੀ ਵਰਦੀ ਦੇ ਧਾਰਨੀ ਹੈ। ਇੱਥੇ ਯਾਦ ਰੱਖਿਓ, ਜਦ ਵੀ ਕੋਈ ਕੁਰਬਾਨੀ ਕਰਦਾ, ਕਿਤੇ ਨਸ਼ੇ ਖਾਣ ਵਾਲਾ ਬੰਦਾ ਕੁਰਬਾਨੀ ਨਹੀਂ ਕਰ ਸਕਦਾ, ਕਿਤੇ ਬੀੜੀਆਂ ਪੀਣ ਵਾਲਿਆਂ ਨੇ, ਕਿਤੇ ਭੰਗਾਂ ਪੀਣ ਵਾਲਿਆਂ ਨੇ, ਕਿਤੇ ਆ ਸਮੈਕ ਖਾਣ ਵਾਲਿਆਂ ਨੇ ਕੋਈ ਕੁਰਬਾਨੀ ਨਹੀਂ ਕੀਤੀ ਤੇ ਨਾ ਹੀ ਇਹਨਾਂ ਲੋਕਾਂ ਨੇ ਕਰਨੀ ਆ ਕੁਰਬਾਨੀ। ਕਦੇ ਕੋਈ ਡੋਡੇ ਖਾਣ ਵਾਲੇ ਜਾਂ ਸ਼ਰਾਬਾਂ ਪੀਣ ਵਾਲੇ ਕਦੇ ਨਹੀਂ ਕੋਈ ਕਰਦੇ ਕੁਰਬਾਨੀਆਂ। ਕੁਰਬਾਨੀਆਂ ਉਹੀ ਕਰਦਾ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ। ਆਤਮ ਜਿਣੈ ਪਹਿਲੋਂ ਆਪਣੇ ਆਪ ਨੂੰ ਜਿੱਤੇ, ਆਤਮ ਜਿਣੈ ਸਗਲ ਬਸ ਤਾਂ ਕੇ, ਜਾਂ ਕਾ ਸਤਿਗੁਰ ਪੂਰਾ। ਲਓ ਜੀ, 30 ਅਕਤੂਬਰ ਦਾ ਦਿਨ ਹੈ, ਸ਼ਾਮ ਦਾ ਟਾਈਮ ਹੈ, ਤੇ ਸ਼ਾਮ ਦੇ ਟਾਈਮ ਇਹ ਗੁਰੂ ਘਰ ਗਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਦੋਨੋਂ ਜਣੇ ਅਰਦਾਸ ਕਰਦੇ ਆ। ਅਰਦਾਸ ਕੀ ਆ? ਤੁਹਾਡੀ ਫਰਮਾਇਸ਼ ਦੀ ਰਚਨਾ ਕਹਿਣ ਲੱਗਾ ਇਹਨਾਂ ਦੀ ਅਰਦਾਸ ਹੈ, ਮਹਾਰਾਜ
ਆ ਸਾਡੇ ਦੇਸ਼ ਦੀ ਪ੍ਰਧਾਨ ਮੰਤਰੀ ਬੀਬੀ ਇੰਦਰਾ ਗਾਂਧੀ, ਇਹਨੇ ਕਿੱਦਾਂ ਮਰਨਾ, ਕਿੱਥੇ ਮਰਨਾ, ਕਦੋਂ ਮਰਨਾ, ਕਿਹਦੇ ਹੱਥੋਂ ਮਰਨਾ, ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ, ਕਿਉਂਕਿ ਜੰਮਣਾ ਮਰਨਾ ਕਰਤੇ ਦੇ ਹੱਥ ਹੈ। ਮਾਲਕਾ ਤੇਰੇ ਕੋਲੋਂ ਭੀਖ ਮੰਗਦੇ ਹਾਂ ਭਈ, ਅਸੀਂ ਇਹਨੂੰ ਮਾਰਨਾ ਚਾਹੁੰਦੇ ਹਾਂ ਤੇ ਮਾਰਨਾ ਵੀ ਕੱਲ੍ਹ ਨੂੰ ਚਾਹੁੰਦੇ ਹਾਂ। ਕਿਰਪਾ ਕਰੀ, ਸਾਨੂੰ ਨਹੀਂ ਪਤਾ ਇਹਦੀ ਉਮਰ ਹੋਰ ਕਿੰਨੀ ਕੁ ਰਹਿੰਦੀ ਹੈ ਤੇ ਕਿੰਨੀ ਨਹੀਂ ਰਹਿੰਦੀ। ਇਹ ਮਰੇ ਤੇ ਸਾਡੇ ਹੱਥੋਂ ਮਰੇ, ਇਹ ਦੋ ਗੁਰੂ ਕੇ ਸ਼ੇਰ, ਧੰਨ ਗੁਰੂ ਰਾਮਦਾਸ ਮਹਾਰਾਜ, ਧੰਨ ਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰਕੇ ਜਿਵੇਂ ਅਰਦਾਸ ਕਰਦੇ ਆ, ਉਹ ਅਰਦਾਸ ਦੇ ਅੱਖਰ ਤੁਹਾਡੀ ਸੇਵਾ ਵਿੱਚ ਕੜਿਆਣੇ ਵਾਲਾ ਢਾਡੀ ਜੱਥਾ ਇਉਂ ਕਹਿੰਦਾ ਆ ਰਿਹਾ। ਤਨ ਛੇਵੇਂ ਗੁਰੂ ਪਿਆਰੇ ਤੇਰੇ ਢਾਏ ਜਿਨਾ ਦੁਆਰੇ, ਤਨ ਛੇਵੇਂ ਗੁਰੂ ਪਿਆਰੇ ਤੇਰੇ ਢਾਏ ਜਿਨਾ ਦੁਆਰੇ, ਉਹ ਤੋਂ ਗਣ ਗਣ ਬਦਲੇ ਲਈਏ ਉਹ ਫਲ ਕਰਨੀ ਭਗਤਾਈਏ ਜੀ, ਰਾਣੀ ਮਾਰਨ ਵੇਲੇ ਦਾਤਾ ਕਿਧਰੇ ਡੋਲਾ ਜਾਈਏ ਜੀ, ਇੰਦਰਾ ਮਾਰਨ ਵੇਲੇ ਦਾਤਾ ਕਿਧਰੇ ਡੋਲਾ ਜਾਈਏ ਜੀ। ਜਾਈਏ ਜੀ, ਰਾਣੀ ਮਾਰਨ ਵੇਲੇ ਦਾਤਾ ਕਿਧਰੇ ਡੋਲਾ ਜਾਈਏ ਜੀ, ਇੰਦਰਾ ਮਾਰਨ ਵੇਲੇ ਦਾਤਾ ਕਿਧਰੇ ਡੋਲਾ ਜਾਈਏ ਜੀ।
ਗੁਲਾਮੀ ਸੀਨੇ ਉੱਠਦੇ ਪਏ ਉਭਾਰੇ ਤੱਕ ਕੇ ਇਸ ਪਾਪਣ ਦੇ ਕਾਰੇ ਪੂਰੀ ਕੌਮ ਦੀ ਕਰ ਬਦਨਾਮੀ ਉਹ ਸਾਤੋਂ ਲੈਂਦੀ ਨਿੱਤ ਸਲਾਮੀ ਸੀਨੇ ਉੱਠਦੇ ਪਏ ਉਭਾਰੇ ਤੱਕ ਕੇ ਇਸ ਪਾਪਣ ਦੇ ਕਾਰੇ ਜਿਹਨੇ ਢੇਰੀ ਤਖਤ ਬਣਾਇਆ ਉਹਨੂੰ ਢੇਰ ਬਣਾਈਏ ਜੀ ਰਾਣੀ ਮਾਰਨ ਵੇਲੇ ਦਾਤਾ ਕਿਧਰੇ ਡੋਲ ਨਾ ਜਾਈਏ ਜੀ ਇੰਦਰਾ ਮਾਰਨ ਵੇਲੇ ਦਾਤਾ ਕਿਧਰੇ ਡੋਲ ਨਾ ਜਾਈਏ ਜੀ ਸਾਨੂੰ ਖੁਦ ਮਰਨ ਦਾ ਚਾਹੇ ਸਾਡੀ ਜਾਨ ਲਾਲ ਮੀ ਲੇਖੇ ਮਿਟ ਜਰ ਬੈਰੀ ਦੇ ਭੁਲੇਖੇ ਨਾਹੀ ਜਾਨਾਂ ਦੀ ਪਰਵਾਹ ਸਾਨੂੰ ਖੁਦ ਮਰਨ ਦਾ ਚਾਹੇ ਸਾਡੀ ਜਾਨ ਲਾਲ ਮੀ ਲੇਖੇ ਮਿਟ ਜਰ ਬੈਰੀ ਦੇ ਭੁਲੇਖੇ ਤੇਰੀ ਮਿਹਰ ਦੇ ਪਾਤਰ ਬਣੀਏ ਤੇ ਇਤਿਹਾਸ ਦੁਹਰਾਈਏ ਜੀ ਰਾਣੀ ਮਾਰਨ ਵੇਲੇ ਦਾਤਾ ਕਿਧਰੇ ਡੋਲ ਨਾ ਜਾਈਏ ਜੀ ਇੰਦਰਾ ਮਾਰਨ ਵੇਲੇ ਦਾਤਾ ਕਿਧਰੇ ਡੋਲ ਨਾ ਜਾਈਏ ਜੀ ਸਾਡੇ ਹੱਥੋਂ ਮਰਦੇ ਥੱਲੀ ਜੱਗ ਤੇ ਬਾਰ ਬਾਰ ਨਹੀਂ ਆਉਣਾ ਬਾਰਾਂ ਕਾਬੇ ਗਾ ਕੜਿਆਣਾ ਤੇਰੀ ਹੋ ਜਾਏ ਨਦਰ ਸੁਵੱਲੀ ਸਾਡੇ ਹੱਥੋਂ ਮਰਦੇ ਥੱਲੀ ਜੱਗ ਤੇ ਬਾਰ ਬਾਰ ਨਹੀਂ ਆਉਣਾ ਬਾਰਾਂ ਕਾਬੇ ਗਾ ਕੜਿਆਣਾ ਤੇਰੀ ਸੇਵਾ ਦਾ ਇੱਕ ਚਾਹੇ ਨਾ ਕੋਈ ਤਗਮਾ ਚਾਹੀਏ ਜੀ ਰਾਣੀ ਮਾਰਨ ਵੇਲੇ ਦਾਤਾ ਕਿਧਰੇ ਡੋਲ ਨਾ ਜਾਈਏ ਜੀ ਇੰਦਰਾ ਮਾਰਨ ਵੇਲੇ ਦਾਤਾ ਕਿਧਰੇ ਡੋਲ ਨਾ ਜਾਈਏ ਜੀ ਰਾਣੀ ਮਾਰਨ ਵੇਲੇ
ਤੀਰਾਂ ਜੋ ਕਦੇ ਨਾ ਉੱਕੇ ਅਸੀਂ ਬੈਰੀ ਦੀ ਹਿੱਕ ਪਾੜ ਕੇ ਲੰਘ ਜਾਈਏ ਸੁੱਕੇ ਅਸੀਂ ਧੌਣ ਝੁਕਾਈ ਆਕੜੀ ਜੋ ਤਾਂ ਨੂੰ ਥੁੱਕੇ ਸਾਰੀ ਦੁਨੀਆ ਡਰਦੀ ਮੌਤ ਤੋਂ ਪਰ ਮੌਤ ਸਿੰਘਾਂ ਤੋਂ ਲੁਕੇ ਇਹ ਗੱਲ ਅਨੋਖੀ ਚੀਮਿਆਂ ਸਾਡੇ ਤੇ ਢੁੱਕੇ ਸਾਨੂੰ ਮਾਰਨ ਵਾਲੇ ਮਰ ਗਏ ਪਰ ਅਸੀਂ ਨਾ ਮੁਕੇ ਸਾਨੂੰ ਮਾਰਨ ਵਾਲੇ ਮਰ ਗਏ ਇਹ ਸਿੱਖ ਕੌਮ ਇੱਕ ਏਦਾਂ ਦੀ ਕੌਮ ਹੈ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਪਰਮਾਤਮਾ ਦੀ ਮੌਜ ਦੇ ਬਹਿਣ ਦੇ ਵਿੱਚੋਂ ਪ੍ਰਗਟ ਹੋਇਆ ਨੂੰ ਕੌਣ ਮੁਕਾ ਸਕਦਾ ਹੈ ਇਸ ਵਿਸ਼ੇ ਦੇ ਨਾਲ ਲੱਗਦੀ ਇੱਕ ਗੱਲ ਮੈਂ ਤੁਹਾਡੀ ਸੇਵਾ ਜ਼ਰੂਰ ਕਹਿਣੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਕਹਿੰਦੇ ਖਾਲਸਾ ਨਹੀਂ ਮਰੇਗਾ ਖਾਲਸਾ ਨਹੀਂ ਹਰੇਗਾ ਖਾਲਸਾ ਨਹੀਂ ਮੁਕੇਗਾ ਖਾਲਸਾ ਅਮਰ ਰਵੇਗਾ ਪਰ ਜੇ ਆਪਣੇ ਅਸੂਲਾਂ ਤੇ ਕਾਇਮ ਰਹੂਗਾ ਨਾਲ ਉਹਨੇ ਇਹ ਵੀ ਕਹਿ ਦਿੱਤਾ ਉਹ ਕਹਿਣ ਲੱਗੇ ਜੇ ਅਸੂਲ ਛੱਡ ਗਿਆ ਤੇ ਫਿਰ ਮੈਂ ਇਹਨਾਂ ਦੀ ਗਰੰਟੀ ਕੋਈ ਨਹੀਂ ਲੈਂਦਾ ਬੇ ਹਰਨਗੇ ਨਹੀਂ ਜਾਂ ਮਰਨਗੇ ਨਹੀਂ ਉਹ ਕਹਿੰਦੇ ਜਬ ਲਾ ਖਾਲਸਾ ਰਹੇ ਨਿਆਰਾ ਵੇਖੋ ਉਹਨਾਂ ਨੇ ਸਾਫ਼ ਕਹਿ ਦਿੱਤਾ ਕੋਈ ਉਹਨਾਂ ਨੇ ਲੁੱਕ ਲੁਕਾਵਾ ਨਹੀਂ ਰੱਖਿਆ ਉਹਨੇ ਸਾਫ਼ ਕਿਹਾ ਕਹਿਣ ਲੱਗੇ ਵੀ ਇਹ ਨਾ ਮਰਨਗੇ ਨਾ ਹਰਨਗੇ ਪਰ ਜੇ ਅਸੂਲਾਂ ਤੇ ਕਾਇਮ ਰਹਿਣਗੇ ਤੇ ਜੇ ਬਾਹਮਣ ਬਾਦ ਵਿੱਚ ਪੈ ਗਏ ਤਾਂ ਫਿਰ ਇਹਨਾਂ ਦੀ ਮੇਰੀ ਕੋਈ ਗਰੰਟੀ ਨਹੀਂ ਆ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਾਬੇ ਗਹੇ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਆਓ ਆਪਾਂ ਗੁਰੂ ਸਾਹਿਬ ਜੀ ਦੇ ਸਿਧਾਂਤ ਨੂੰ ਆਪਣੀ ਜ਼ਿੰਦਗੀ ਦਾ ਇੱਕ ਆਦਰਸ਼ ਮੰਨ ਕੇ ਜ਼ਿੰਦਗੀ ਜਿਉਣ ਵਾਸਤੇ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ ਹੁਣ ਦੋ ਸੂਰਮਿਆਂ ਨੇ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਮਾਰਨ ਵਾਸਤੇ ਮਨ ਵਿੱਚ ਤਹੱਈਆ ਕੀਤਾ ਹੈ ਇੱਕ ਸਵਾਲ ਹੈ ਪ੍ਰਧਾਨ ਮੰਤਰੀ ਬਾਬਤ ਮੈਂ ਤੁਹਾਡੀ ਸੇਵਾ ਗੱਲ ਕਹਿਣ ਲੱਗਾ ਆਹ ਗੱਲ ਸੁਣਨ ਤੋਂ ਪਹਿਲਾਂ ਆਪਣੇ ਦਿਲ ਵਿੱਚ ਇਹ ਅੱਖਰ ਜ਼ਰੂਰ ਰੱਖ ਲਿਓ ਵੀ ਢਾਡੀ ਜਥਾ ਨਾ ਕਾਂਗਰਸੀ ਆ ਤੇ ਨਾ ਅਕਾਲੀ ਆ ਨਾ ਅਸੀਂ ਕਾਂਗਰਸੀ ਆ ਤੇ ਨਾ ਅਸੀਂ ਅਕਾਲੀ ਆ ਸਾਡਾ ਲੀਡਰ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਸੀਂ ਇਸੇ ਆਗੂ ਨੂੰ ਅਗਵਾਈ ਦੇਣ ਵਾਲਾ ਸਤਿਗੁਰੂ ਮੰਨਦੇ ਹਾਂ ਇਸੇ ਨੂੰ ਲੀਡਰ ਮੰਨਦੇ ਹਾਂ ਅਸੀਂ ਹੋਰ ਕਿਸੇ ਲੀਡਰ ਦੀ ਕੋਈ ਮੈਂਬਰਸ਼ਿਪ ਨਹੀਂ ਲੈਂਦੇ ਨਾ ਕਿਸੇ ਪਾਰਟੀ ਨਾਲ ਵਿਰੋਧ ਹੈ ਤੇ ਨਾ ਕਿਸੇ ਪਾਰਟੀ ਨਾਲ ਕੋਈ ਹਮਾਇਤ ਹੈ ਦੁਨੀਆ ਦੇ ਉੱਤੇ ਜਦੋਂ ਹਰਿਮੰਦਰ ਸਾਹਿਬ ਅਟੈਕ ਹੋਇਆ ਉਦੋਂ ਫੌਜੀਆਂ ਨੇ ਇਹ ਤਾਂ ਨਹੀਂ ਵੇਖਿਆ ਵੀ ਆਹ ਕਾਂਗਰਸੀ ਆ ਜਾਂ ਆਹ ਅਕਾਲੀ ਆ ਕਿਉਂਕਿ ਬਹੁਤ ਸਾਰੇ ਸਿੱਖ ਸਰਦਾਰ ਜਿਹੜੇ ਨੇ ਉਹ ਵੀ ਕਾਂਗਰਸ ਪਾਰਟੀ ਦੇ ਨਾਲ ਜੁੜੇ ਹੋਏ ਨੇ ਅੱਜ ਵੀ ਹੈ ਨਾ ਉੱਥੇ ਇਹ ਨਹੀਂ ਵੇਖਿਆ ਗਿਆ ਕਿ ਕਾਂਗਰਸੀ ਆ ਇਹ ਕਾਮਰੇਟ ਹੈ ਜਾਂ ਭਾਜਪਾ ਵਾਲਾ ਹੈ ਜਾਂ ਇਹ ਹਾਥੀ ਵਾਲਾ ਹੈ ਜਾਂ ਇਹ ਅਕਾਲੀਆਂ ਦੇ ਵਿੱਚੋਂ ਹੈ ਇਹ ਕਿਹੜੀ ਪਾਰਟੀ ਦਾ ਬੰਦਾ ਬਿਲਕੁਲ ਨਹੀਂ ਇਹ ਵੇਖਿਆ ਗਿਆ ਇਹਦੇ ਮੂੰਹ ਤੇ ਦਾੜਾ ਹੈ ਇਹਦੇ ਸਿਰ ਤੇ ਕੇਸ ਨੇ ਇਹਨੇ ਕਿਰਪਾਨ ਪਾਈ ਆ ਬਸ ਮਾਰ ਦਿਓ ਖਤਮ ਕਰ ਦਿਓ ਤਬਾਹ ਕਰ ਦਿਓ ਇੱਥੇ ਪਾਰਟੀ ਦੀ ਤਾਂ ਕੋਈ ਗੱਲ ਹੀ ਨਹੀਂ ਗੱਲ ਤੇ ਇਤਿਹਾਸ ਦੀ ਹੈ ਕਾਂਗਰਸ ਪਾਰਟੀ ਬਦਨਾਮ ਹੋ ਗਈ ਪੂਰੀ ਦੁਨੀਆ ਦੇ ਵਿੱਚ ਕਿ ਇਹਨਾਂ ਨੇ ਦਰਬਾਰ ਸਾਹਿਬ ਅਟੈਕ ਕੀਤਾ ਲਾਲ ਕ੍ਰਿਸ਼ਨ ਅਡਵਾਨੀ ਦੀ ਕਿਤਾਬ ਤੁਸੀਂ ਪੜ੍ਹਨ ਵਾਸਤੇ ਕਿਤੇ ਸਮਾਂ ਕੱਢਿਓ ਉਹਦੀ ਕਿਤਾਬ ਹੈ ਮਾਈ ਕੰਟਰੀ ਮਾਈ ਲਾਈਫ ਉਹਦੀ ਸਵੈ ਜੀਵਨੀ ਆ ਉਹਦੇ ਵਿੱਚੋਂ ਲਿਖਦਾ ਹੈ ਕਹਿੰਦਾ ਦਰਬਾਰ ਸਾਹਿਬ ਦੇ ਉੱਤੇ ਇੰਦਰਾ ਹਮਲਾ ਨਹੀਂ ਸੀ ਕਰਨ ਵਾਸਤੇ ਤਿਆਰ ਉਹਨੂੰ ਅਸੀਂ ਮਜਬੂਰ ਕੀਤਾ ਕਿ ਰਾਣੀ ਹਮਲਾ ਜ਼ਰੂਰ ਕਰ ਇੱਕ ਇੱਥੇ ਉਦਾਹਰਣ ਕਹਿਣੀ ਚਾਹੁੰਦਾ ਕਿਸੇ ਜ਼ਿਮੀਂਦਾਰ ਨੇ ਆਪਣੀ ਹਵੇਲੀ ਵਿੱਚ ਸੱਜਰ ਸੂਈ ਮੱਝ ਬੰਨ੍ਹੀ ਮੱਝ ਦੇ ਨਾਲ ਉਹਦਾ ਛੋਟਾ ਜਿਹਾ ਕੱਟਾ ਅਤੇ ਉਸੇ ਹਵੇਲੀ ਵਿੱਚ ਉਹ ਇੱਕ ਬਾਂਦਰ ਰੱਖਿਆ ਹੋਇਆ ਉਹਨੇ ਉਹ ਰੋਜ਼ ਆਪਣੇ ਘਰ ਤੋਂ ਲੈ ਕੇ ਹਵੇਲੀ ਵਿੱਚ ਦੁੱਧ ਚੋਣ ਵਾਸਤੇ ਜਾਂਦਾ ਹੈ ਅਤੇ ਬਾਂਦਰ ਬੜਾ ਚਲਾਕ ਜਾਨਵਰ ਹੈ ਬਾਂਦਰ ਨੇ ਟਾਈਮ ਨੋਟ ਕਰ ਲਿਆ ਵੀ ਪਰਛਾਵਾਂ ਕਿੱਥੇ ਆਇਆ ਹੁੰਦਾ ਜਦੋਂ ਇਹ ਦੁੱਧ ਚੋਣ ਵਾਸਤੇ ਆਉਂਦੇ ਆ ਬਾਂਦਰ ਬੜਾ ਚਲਾਕ ਹੈ ਉਹ ਪਰਛਾਵਾਂ ਉੱਥੇ ਜਾਣ ਤੋਂ ਅੱਧਾ ਘੰਟਾ ਪਹਿਲਾਂ ਹੀ ਬਾਂਦਰ ਟਾਹਲੀ ਤੋਂ ਉਤਰਦਾ ਉੱਤਰ ਕੇ ਆ ਕੇ ਮੱਝ ਚੁੰਘ ਲੈਂਦਾ ਮੱਝ ਚੁੰਘ ਕੇ ਜਿਹੜੀ ਮੂੰਹ ਨੂੰ ਝੱਗ ਜੀ ਲੱਗਦੀ ਆ ਦੁੱਧ ਚੁੰਘਣ ਦੇ ਟਾਈਮ ਉਹ ਝੱਗ ਆਪਣੇ ਮੂੰਹ ਦੇ ਨਾਲੋਂ ਲਾ ਕੇ ਉਹ ਕੱਟੇ ਦੇ ਮੂੰਹ ਨੂੰ ਲਾਉਂਦਾ ਬਾਂਦਰ ਬੜਾ ਚਲਾਕ ਹੈ ਬਾਂਦਰ ਦੁੱਧ ਪੀ ਜਾਂਦਾ ਆਪ ਤੇ ਝੱਗ ਕੱਟੇ ਦੇ ਮੂੰਹ ਨੂੰ ਲਾ ਜਾਂਦਾ ਤੇ ਜਦੋਂ ਜ਼ਿਮੀਂਦਾਰ ਆਉਂਦਾ ਹੈ ਉਹ ਪਹਿਲਾਂ ਤਾਂ ਡਾਂਗ ਚੱਕ ਕੇ ਮੱਝ ਦੇ 5-7 ਮਾਰਦਾ ਫਿਰ 1-2 ਕੱਟੇ ਦੇ ਵੀ ਮਾਰਦਾ ਤੇ ਬਾਂਦਰ ਟਾਹਲੀ ਤੇ ਬੈਠਾ ਗਿੱਧਾ ਪਾਉਂਦਾ
ਭਈ ਦੁੱਧ ਮੈਂ ਪੀਤਾ ਤੇ ਕੁੱਟ ਇਹਨਾਂ ਦੇ ਪੈ ਰਹੀ ਆ, ਬੜਾ ਚਲਾਕ ਹੈ। ਹੁਣ ਦੋ ਚਾਰ ਦਿਨਾਂ ਬਾਅਦ ਉਹ ਜ਼ਿਮੀਦਾਰ ਨੂੰ ਪਤਾ ਲੱਗਾ ਵੀ ਕੱਟਾ ਤਾਂ ਮਰਨ ਕਿਨਾਰੇ ਪਿਆ, ਜੇ ਦੁੱਧ ਇਹ ਚੁੰਘਦਾ ਹੋਵੇ ਤੇ ਫਿਰ ਮੈਂ ਇਹਨੂੰ ਤਾਂ ਘੱਟੋ ਘੱਟ ਕਮਜ਼ੋਰਾ ਹੁੰਦਾ ਨਾ ਵੇਖਾਂ। ਉਹ ਗੱਲ ਬਾਅਦ ਵਿੱਚ ਸਮਝਾਈ, ਇਹ ਸੱਚਾਈ ਹੈ। 1984 ਦੇ ਵਿੱਚ ਉਹ ਦੁੱਧ ਚੁੰਘਣ ਵਾਲੀ ਜਿਹੜੀ ਝੱਗ ਸੀ ਉਹ ਇੰਦਰਾ ਦੇ ਮੂੰਹ ਨੂੰ ਲੱਗ ਗਈ, ਪਰ ਗਿੱਧਾ ਪਾਉਣ ਵਾਲੇ ਤੇ ਦੁੱਧ ਪੀਣ ਵਾਲੇ ਬਾਂਦਰ ਹੋਰ ਸਨ। ਉਹ ਗਿੱਧਾ ਪਾਉਣ ਵਾਲੇ ਅਤੇ ਦੁੱਧ ਪੀਣ ਵਾਲੇ ਜਿਹੜੇ ਬਾਂਦਰ ਸਨ, ਉਹਨਾਂ ਵਿੱਚ ਸਾਡੇ ਆਪਣੇ ਵੀ ਸਨ, ਇਹ ਭੁੱਲਣਾ ਨਹੀਂ ਚਾਹੀਦਾ ਕਦੇ। ਉਹਨਾਂ ਵਿੱਚ ਸਾਡੇ ਆਪਣਿਆਂ ਨੂੰ ਵੀ ਮੁਆਫ ਨਹੀਂ ਕੀਤਾ ਜਾ ਸਕਦਾ, ਸਾਡੇ ਨੀਲੀਆਂ ਪੀਲੀਆਂ ਪੱਗਾਂ ਵਾਲੇ ਵੀ ਦੁੱਧ ਧੋਤੇ ਨਹੀਂ ਸੀ ਰਹੇ ਉਸ ਟਾਈਮ। ਬਹੁਤ ਸਾਰੀਆਂ ਚਿੱਠੀਆਂ ਆਮ ਸ਼ੋਅ ਹੋ ਚੁੱਕੀਆਂ ਵੀ ਸਾਡੇ ਅਕਾਲੀ ਲਾਣੇ ਨੇ ਵੀ ਕਿਵੇਂ ਦੇਸ਼ ਦੀ ਪ੍ਰਧਾਨ ਮੰਤਰੀ ਦੇ ਹਾੜੇ ਕੱਢੇ ਵੀ ਭਿੰਡਰਾਂ ਵਾਲੇ ਬਾਬੇ ਨੂੰ ਕਾਬੂ ਕਰ ਲਾ ਨਹੀਂ ਤੇ ਅਸੀਂ ਮਾਰੇ ਜਾਵਾਂਗੇ। ਉਹ ਦੁੱਧ ਪੀਣ ਵਾਲੇ ਤੇ ਗਿੱਧਾ ਪਾਉਣ ਵਾਲੇ ਕੁਝ ਹੋਰ ਲੋਕ ਵੀ ਹਨ। ਇੰਦਰਾ ਗਾਂਧੀ ਇਕੱਲੀ ਨੂੰ ਕਸੂਰਵਾਰ ਅੱਜ ਮੰਨਿਆ ਜਾ ਰਿਹਾ, ਠੀਕ ਹੈ ਉਹਦੇ ਖਾਨਦਾਨ ਦੇ ਮੱਥੇ ਦੇ ਉੱਤੇ ਕਾਲਾ ਦਾਗ ਪੈ ਗਿਆ ਜਿਹੜਾ ਰਹਿੰਦੀ ਦੁਨੀਆ ਤੱਕ ਕਦੇ ਮਿਟੇਗਾ ਨਹੀਂ। ਆਹ ਦੋ ਸੂਰਮੇ ਜਿਹੜੇ ਨੇ ਭਾਈ ਸਤਵੰਤ ਸਿੰਘ ਤੇ ਭਾਈ ਬੇਅੰਤ ਸਿੰਘ, ਜੋੜੀ ਅੱਜ ਫਿਰ ਨਿਤਰੀ ਹੈ, ਜੋੜੀਆਂ ਬਣਾ ਬਣਾ ਯੋਧੇ ਨਿਤਰਦੇ ਰਹੇ ਹੈ। ਕਿਤੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦੀ ਜੋੜੀ, ਕਿਤੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਜੋੜੀ, ਕਿਤੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਦੀ ਜੋੜੀ, ਕਿਤੇ ਭਾਈ ਸਤਵੰਤ ਸਿੰਘ ਤੇ ਭਾਈ ਬੇਅੰਤ ਸਿੰਘ ਦੀ ਜੋੜੀ, ਕਿਤੇ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖੇ ਦੀ ਜੋੜੀ, ਕਿਤੇ ਭਾਈ ਨਵਤੇਜ ਸਿੰਘ ਤੇ ਹਰਚੰਦ ਸਿੰਘ ਦੀ ਜੋੜੀ, ਜਿਨ੍ਹਾਂ ਨਕਲੀ ਨਿਹੰਗ ਅਜੀਤ ਸਿੰਘ ਪੂਲਾ ਜੇਲ੍ਹ ਦੇ ਵਿੱਚ ਅੱਗ ਲਾ ਕੇ ਫੂਕ ਦਿੱਤਾ। ਜੋੜੀਆਂ ਬਣਾ ਬਣਾ ਸੂਰਮੇ ਨਿਤਰਦੇ ਰਹੇ ਆ। ਆਹ ਇੱਕ ਜੋੜੀ ਦਿੱਲੀ ਦੀ ਧਰਤੀ ਤੇ ਗੁਰੂ ਚਰਨਾਂ ਚ ਅਰਦਾਸ ਕਰਦੀ ਹੈ, ਦਾਤਾ ਇੰਦਰਾ ਮਾਰਨ ਵੇਲੇ ਦਾਤਾ ਕਿਧਰੇ ਡੋਲ ਨਾ ਜਾਈਏ ਜੀ, ਕਿਰਪਾ ਕਰੀ ਸਾਡਾ ਕਿਤੇ ਹੱਥ ਥੜਕ ਨਾ ਜਾਏ। ਹਥਿਆਰ ਬੜੀ ਵਾਰ ਚਲਾਏ ਆ, ਪਰ ਜਿਹਦੀ ਰੱਖਿਆ ਵਾਸਤੇ ਚਲਾਏ ਅੱਜ ਉਸੇ ਉੱਤੇ ਚਲਾਉਣ ਦੀ ਤੇਰੇ ਕੋਲੋਂ ਆਗਿਆ ਮੰਗਣੀ ਚਾਹੁੰਦੇ ਆ। ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਇਹਨਾਂ ਕੀਤੀ ਅਰਦਾਸ। ਇਹ ਗੱਲ ਯਾਦ ਰੱਖਿਓ, ਇਹ ਕੋਈ ਬਹੁਤ ਵੱਡੇ ਪਾਠੀ ਨਹੀਂ ਸਨ, ਦੋਨੋਂ ਜਾਣੇ ਬਹੁਤ ਵੱਡੇ ਕੋਈ ਇਤਿਹਾਸਕਾਰ ਨਹੀਂ ਸਨ, ਇਹ ਕੋਈ ਬਹੁਤ ਵੱਡੇ ਕੋਈ ਸਿੱਖ ਧਰਮ ਦੀਆਂ ਲੰਬੀਆਂ ਚੌੜੀਆਂ ਤਕਰੀਰਾਂ ਬੋਲਣ ਵਾਲੇ ਜਾਂ ਸੁਣਨ ਵਾਲੇ ਨਹੀਂ ਸਨ। ਇਹਨਾਂ ਦੇ ਦਿਲ ਅੰਦਰ ਕੇਵਲ ਤੇ ਕੇਵਲ ਉਹ ਢੱਠੇ ਅਕਾਲ ਤਖਤ ਸਾਹਿਬ ਨੂੰ ਵੇਖ ਕੇ ਜੋਸ਼ ਦੀ ਜਵਾਲਾ ਭੜਕ ਉੱਠੀ। ਅਕਾਲ ਪੁਰਖ ਵਾਹਿਗੁਰੂ ਨੇ ਕਿਹਦੇ ਕੋਲੋਂ ਕਦੋਂ ਤੇ ਕਿੱਦਾਂ ਸੇਵਾ ਲੈ ਲੈਣੀ ਹੈ, ਇਹ ਕੋਈ ਮਨੁੱਖ ਆਪਣੇ ਅਕਲ ਦੇ ਧਾਗੇ ਦੇ ਨਾਲ ਇਸ ਗੱਲ ਨੂੰ ਨਹੀਂ ਨਾਪ ਸਕਦਾ ਕਿ ਗੁਰੂ ਸਾਹਿਬ ਦੀ ਕਿਹਦੇ ਉੱਤੇ ਕਦੋਂ ਬਖਸ਼ਿਸ਼ ਹੋ ਜਾਣੀ ਹੈ। ਇਹ ਦੋ ਸੂਰਮੇ ਨੇ, ਇੱਕ ਦਾ ਪਿੰਡ ਹੈ ਮਲੋਆ, ਮਲੋਆ ਪਿੰਡ ਦੇ ਵਿੱਚ ਸਰਦਾਰ ਸੁੱਚਾ ਸਿੰਘ ਤੇ ਬੀਬੀ ਕਰਤਾਰ ਕੌਰ ਦੇ ਨੈਣਾਂ ਦਾ ਨੂਰ ਹੈ, ਉਹਦਾ ਨਾਂ ਹੈ ਭਾਈ ਬੇਅੰਤ ਸਿੰਘ। ਤੇ ਦੂਜੇ ਦਾ ਜਿਹੜਾ ਪਿੰਡ ਹੈ ਉਹ ਪਿੰਡ ਹੈ ਅਗਵਾਨ ਖੁਰਦ। ਅਗਵਾਨ ਖੁਰਦ ਅਸਲ ਵਿੱਚ ਭਾਈ ਸਤਵੰਤ ਸਿੰਘ ਦੇ ਨਾਨਕੇ ਹੈ, ਗੱਲ ਯਾਦ ਰੱਖਿਓ। ਉਹ ਨਾਨਕਿਆਂ ਦੇ ਪਿੰਡ ਰਹਿੰਦਾ ਪਰਿਵਾਰ, ਸਾਰੇ ਪਰਿਵਾਰ ਉਹ ਨਾਨਕਿਆਂ ਦੇ ਪਿੰਡ ਰਹਿੰਦਾ। ਬੀਬੀ ਪਿਆਰ ਕੌਰ ਦੇ ਪੇਕਿਆਂ ਦਾ ਪਿੰਡ ਹੈ, ਬੀਬੀ ਪਿਆਰ ਕੌਰ ਤੇ ਬਾਪੂ ਤਰਲੋਕ ਸਿੰਘ ਜੀ ਦੇ ਨੈਣਾਂ ਦਾ ਨੂਰ ਭਾਈ ਸਤਵੰਤ ਸਿੰਘ। ਲਓ ਜੀ ਅਰਦਾਸ ਇਹਨਾਂ ਦੀ ਹੁਣ ਗੁਰੂ ਦਾਤਾ ਜੀ ਦੇ ਚਰਨਾਂ ਵਿੱਚ ਪ੍ਰਵਾਨ ਹੋਣ ਲੱਗੀ ਆ। ਵਿਰਥੀ ਕਦੇ ਨਹੀਂ ਹੁੰਦੀ ਅਰਦਾਸ, ਪਰ ਜੇਕਰ ਮਨੋਂ ਕਰੀ ਜਾਵੇ। ਅਰਦਾਸ ਕੀਤੀ ਬਾਬਾ ਦੀਪ ਸਿੰਘ ਨੇ, ਸੂਰਮਾ ਬਿਨਾ ਸਿਰ ਤੋਂ ਮੈਦਾਨ ਵਿੱਚ ਲੜੀ ਜਾਵੇ। ਅਰਦਾਸ ਕੀਤੀ ਭਾਈ ਤਾਰੂ ਸਿੰਘ ਨੇ, ਜ਼ਾਲਮ ਨੇ ਉਤਾਰੀ ਖੋਪਰੀ, ਸੂਰਮਾ ਵਾਹਿਗੁਰੂ ਵਾਹਿਗੁਰੂ ਕਰੀ ਜਾਵੇ। ਅਰਦਾਸ ਕਰਨ ਦੀ ਵਿਧੀ ਆ, ਅਸੀਂ ਵੀ ਅਰਦਾਸਾਂ ਬੜੀਆਂ ਕਰਦੇ ਹਾਂ, ਪਰ ਇੱਥੇ ਅਰਦਾਸਾਂ ਕਰਕੇ ਬਾਅਦ ਵਿੱਚ ਫਿਰ ਗੁੱਗੇ ਨੂੰ ਦੁੱਧ ਵੀ ਪਾਉਣ ਵਾਸਤੇ ਜਾਂਦੇ ਹਾਂ। ਸਾਡੇ ਬਹੁਤੇ ਲੋਕਾਂ ਦੇ ਹਾਲ ਹੋ ਗਿਆ, ਵਾਹਿਗੁਰੂ ਕਿਰਪਾ ਕਰੇ। ਖੈਰ, ਇਸ ਪਾਸੇ ਆਪਾਂ ਇਸ ਰਚਨਾ ਤੋਂ ਬਾਅਦ ਵਿੱਚ ਥੋੜ੍ਹੀ ਜਿਹੀ ਗੱਲ ਵਧਾਉਣ ਦਾ ਯਤਨ ਕਰਾਂਗੇ। ਕਲਗੀਧਰ ਦਸ਼ਮੇਸ਼ ਪਿਤਾ ਦੇ ਨੈਣਾਂ ਦੇ ਨੂਰ, ਮਾਤਾ ਸਾਹਿਬ ਕੌਰ ਦੇ ਜਾਏ। ਆਹ ਕਲਗੀਧਰ ਦੇ ਨਾਦੀ ਪੁੱਤ ਸਵੇਰ ਨੂੰ ਐਨ ਤਿਆਰ ਹੋ ਕੇ ਗੁਰੂ ਚਰਨਾਂ ਵਿੱਚ ਮੱਥਾ ਟੇਕ ਕੇ ਮਾਰਨ ਅਤੇ ਮਰਨ ਦਿਲ ਵਿੱਚ ਧਾਰ ਕੇ ਚੱਲੇ ਹੈ। ਲਓ ਜੀ ਟਾਈਮ ਹੋਣ ਜਾ ਰਿਹਾ, ਭਾਈ ਸਤਵੰਤ ਸਿੰਘ ਦੀ ਜਿਹੜੀ ਡਿਊਟੀ ਹੈ
ਉਹ ਭਾਈ ਬੇਅੰਤ ਸਿੰਘ ਤੋਂ ਥੋੜੀ ਦੂਰ ਹੈ ਤੇ ਉਹਨਾਂ ਨੇ ਬਹਾਨਾ ਲਾ ਲਿਆ ਕਿ ਮੇਰੇ ਪੇਟ ਵਿੱਚ ਅੱਜ ਖਰਾਬੀ ਆ, ਮੈਨੂੰ ਬਾਰ ਬਾਰ ਗੁਸਲਖਾਨੇ ਜਾਣਾ ਪੈਣਾ ਹੈ, ਮੈਨੂੰ ਬਾਰ ਬਾਰ ਉਹ ਟੋਇਲਟ ਯੂਜ਼ ਕਰਨ ਵਾਸਤੇ ਜਾਣਾ ਪਏਗਾ, ਇਸ ਲਈ ਮੇਰੀ ਡਿਊਟੀ ਉੱਥੇ ਕਲਾ ਦਿਓ ਜਿੱਥੇ ਗੁਸਲਖਾਨਾ ਬਣਿਆ ਹੋਵੇ। ਤੇ ਇਹਨੇ ਆਪਣੀ ਡਿਊਟੀ ਕਿਸੇ ਹੋਰ ਸਿਪਾਹੀ ਦੇ ਨਾਲ ਬਦਲ ਲਈ, ਬਹਾਨਾ ਬਣਾਇਆ ਹੈ, ਪਰ ਬਿਲਕੁਲ ਤੰਦਰੁਸਤ ਹੈ। ਮਹਾਰਾਜ ਦੀ ਬੜੀ ਅਪਾਰ ਕਿਰਪਾ, ਧਰਮ ਦੀ ਸਿਆਸਤ ਹੈ, ਸਿਆਸਤ ਖੇਡ ਕੇ ਦੋਨੋਂ ਵੀਰ ਇੱਕ ਦੂਜੇ ਦੇ ਨੇੜੇ ਹੋ ਗਏ। ਉਹ ਵੈਸੇ ਹੀ ਆਪਣੀ ਮਰਜ਼ੀ ਦੇ ਨਾਲ ਹੀ ਉਸ ਗੁਸਲਖਾਨੇ ਵਿੱਚ ਜਾ ਵੀ ਆਉਂਦੇ ਆ। ਜਦੋਂ ਤੀਜੀ ਵਾਰੀ ਆਏ ਤਾਂ ਕੋਲ ਖਲੋਤੇ ਸਿਪਾਹੀ ਨੇ ਆਖਿਆ, ਕਹਿਣ ਲੱਗੇ ਸਤਵੰਤ ਸਿੰਘ ਜੇ ਜ਼ਿਆਦਾ ਸਿਹਤ ਖਰਾਬ ਹੈ ਤਾਂ ਛੁੱਟੀ ਲੈ ਲੈਣੀ ਸੀ। ਤੇ ਭਾਈ ਸਤਵੰਤ ਸਿੰਘ ਨੇ ਆਖਿਆ, ਬਸ ਹੁਣ ਇਸ ਤੋਂ ਬਾਅਦ ਵਿੱਚ ਸ਼ਾਇਦ ਜਾਣ ਦੀ ਲੋੜ ਨਹੀਂ ਪਊਗੀ, ਇਸ ਤੋਂ ਬਾਅਦ ਵਿੱਚ ਹੁਣ ਜਾਣ ਦੀ ਲੋੜ ਨਹੀਂ ਪਏਗੀ। 31 ਅਕਤੂਬਰ ਦਾ ਦਿਨ ਹੈ, ਮਹੀਨੇ ਦੀ ਆਖਰੀ ਤਰੀਕ ਹੈ ਤੇ ਦੇਸ਼ ਦੀ ਪ੍ਰਧਾਨ ਮੰਤਰੀ ਦੀ ਜ਼ਿੰਦਗੀ ਦੀ ਵੀ ਆਖਰੀ ਤਰੀਕ ਹੈ, ਮਹੀਨੇ ਦੀ ਆਖਰੀ ਤਰੀਕ ਉਹਦੀ ਜ਼ਿੰਦਗੀ ਦੀ ਆਖਰੀ ਤਰੀਕ ਬਣ ਲੱਗੀ ਆ। ਉਹਨੇ ਫਿਲਮੀ ਐਕਟਰਾਂ ਦੇ ਨਾਲ ਜਾ ਕੇ ਮੁਲਾਕਾਤ ਕਰਨੀ ਆ, ਉੱਥੇ ਜਾ ਕੇ ਫੋਟੋਆਂ ਖਿਚਾਉਣੀਆਂ, ਕੇਸਰੀ ਰੰਗ ਦੀ ਉਹਨੇ ਸਾੜੀ ਲਾਈ। ਆਮ ਤੌਰ 'ਤੇ ਕਹਾਵਤ ਹੈ ਵੀ ਫਲਾਣੇ ਬੰਦੇ ਨੂੰ ਮਰਨ ਤੋਂ ਪਹਿਲਾਂ ਰੂਪ ਬੜਾ ਚੜਿਆ, ਇਹਨੂੰ ਰੂਪ ਬੜਾ ਚੜਿਆ ਮਰਨ ਤੋਂ ਪਹਿਲਾਂ। ਇਹ ਚੰਗਾ ਮੇਕਅਪ ਕਰਕੇ ਆਪਣੀ ਨੂੰਹ ਸੋਨੀਆ ਗਾਂਧੀ ਨੂੰ ਆਵਾਜ਼ ਮਾਰ ਕੇ ਕਹਿੰਦੀ ਆ, ਵੇਖ ਤਾਂ ਮੈਂ ਅੱਛੀ ਲੱਗਦੀ ਹੂੰ। ਉਹ ਹੁਣ ਵਿਚਾਰੀ ਕੀ ਕਵੇ ਕਿ ਮਾਂ ਤੇਰੇ ਸਿਰ ਦਾ ਸਾਈਂ ਮਰ ਗਿਆ, ਤੂੰ ਰੰਡੀ ਹੈ, ਰੰਡੀਆਂ ਜਨਾਨੀਆਂ ਏਡਾ ਹਾਰ ਸ਼ਿੰਗਾਰ ਕਰਦੀਆਂ ਚੰਗੀਆਂ ਨਹੀਂ ਲੱਗਦੀਆਂ, ਕੀ ਆਖੇ ਵਿਚਾਰੀ। ਉਹ ਕਹਿੰਦੀ ਬੇ ਦੇਸ਼ ਦੀ ਪ੍ਰਧਾਨ ਮੰਤਰੀ ਕਾਹਨੂੰ, ਇਹਨੂੰ ਗੱਲ ਪਾਉਣੋ। ਕਹਿਣ ਲੱਗੀ ਬੇ ਤੁਸੀਂ ਤਾਂ ਇਸ ਤਰ੍ਹਾਂ ਲੱਗਦੇ ਹੋ ਜੈਸੇ ਸ਼ਾਦੀ ਕਰਵਾਉਣੇ ਜਾ ਰਹੇ ਹੋ। ਤੇ ਭਾਈ ਸਤਵੰਤ ਸਿੰਘ ਬਾਹਰ ਖਲੋਤਾ ਕਹਿੰਦਾ, ਕੱਢ ਸਹੀ ਹੁਣੇ ਲਾਵਾਂ ਪੜ ਦੇਣੀਆਂ। ਬਾਹਰ ਨਿਕਲੇ ਬਸ ਨਾਲ ਹੀ ਤਿਆਰ ਹੀ ਖਲੋਤੇ ਲਾਵਾਂ ਪੜਨ ਵਾਸਤੇ। ਜਦੋਂ ਗੇਟ ਤੋਂ ਬਾਹਰ ਆਉਣ ਲੱਗਦੀ ਆ, ਲਓ ਜੀ ਸਵੇਰੇ 9:15 ਦਾ ਟਾਈਮ ਹੈ, ਕੋਲ ਸਿਪਾਹੀ ਖੜੇ ਗੁੱਡ ਮਾਰਨਿੰਗ ਕਹਿੰਦੇ ਆ। ਭਾਈ ਬੇਅੰਤ ਸਿੰਘ ਕਹਿੰਦਾ, ਥੋੜਾ ਉਰੇ ਨੂੰ ਆ ਬਣਾਉਂਦੇ ਇਹਦੀ ਗੁੱਡ ਮੋਰਨੀ ਹੁਣੇ, ਆਲਣ ਦੇ ਥੋੜਾ ਜਾ ਉਰੇ ਨੂੰ। ਜਦੋਂ ਆਈ ਆ ਸਿੰਘਾਂ ਦੀ ਰੇਂਜ ਦੇ ਵਿੱਚ, ਗੁਰੂ ਕੇ ਲਾਲਾਂ ਦੇ ਡਵਲੇ ਫਰਕੇ ਆ, ਰੋਜ਼ ਜਾਗਿਆ ਗਿਆ। ਆਈ 31 ਸੀ ਤਰੀਕ, ਮਾਰੀ ਇੰਦਰਾ ਨੇ ਚੀਕ, ਡੋਲ ਗਈਆਂ ਅੱਖੀਆਂ। ਸਤਵੰਤ ਤੇ ਬੇਅੰਤ ਸਿੰਘ ਨੇ ਦਿੱਲੀ 'ਚ ਘੁਮਾਈਆਂ ਚੱਕੀਆਂ, ਉਹ ਦਿੱਲੀ 'ਚ ਉਡਾਈਆਂ ਫੱਕੀਆਂ। ਬੀਬੀ ਇੰਦਰਾ ਦੇ ਆਗੇ ਦਿਨ ਮਾੜੇ ਜੀ, ਹਰਿਮੰਦਰ ਤੇ ਫੌਜੀ ਉਹਨੇ ਚਾੜੇ ਜੀ, ਬੱਚੇ ਬੋਰੀਆਂ ਦੇ ਵਿੱਚ ਪਾ ਕੇ ਸਾੜੇ ਜੀ। ਸਤਵੰਤ ਤੇ ਬੇਅੰਤ ਕੀਤੀ ਇੰਦਰਾ ਉਡੰਤ, ਮਾਰ ਗੋਲੀਆਂ ਭਰਾੜ ਉਹਦਾ ਖੋਲਿਆ, ਜਿਹਨੇ ਜਿਹਨੇ ਕੀਤਾ ਹਮਲਾ ਘੁੱਗੂ, ਤੀਜੇ ਕ ਮਹੀਨੇ ਉਹਦਾ ਬੋਲਿਆ। ਆ ਗੁਰੂ ਕੇ ਲਾਲਾਂ ਨੂੰ ਚੜ ਗਈਆਂ ਲਾਲੀਆਂ, ਸੂਰਮਿਆਂ ਦੀਆਂ ਅੱਖਾਂ ਦੇ ਵਿੱਚ ਰੋਜ਼ ਜਾਗਿਆ, ਅਣਖਾਂ ਟੁੱਬੀਆਂ ਗਈਆਂ, ਛੱਡਿਆ ਸਤਿ ਸ੍ਰੀ ਅਕਾਲ ਦਾ ਜਕਾਰਾ। 33 ਕਰੋੜ ਦੇਵਤਿਆਂ ਦੀ ਪੁਜਾਰੀ ਉਹਨੂੰ 33 ਗੋਲੀਆਂ ਮਾਰ ਕੇ ਠਾ ਠਾ ਕਰਕੇ ਜਲਾਇਆਂ ਦੀ ਉਲਝੀ ਹੋਈ ਤਾਣੀ ਵਾਂਗੂ ਦੇਸ਼ ਦੀ ਪ੍ਰਧਾਨ ਮੰਤਰੀ ਸਿੰਘਾਂ ਨੇ ਹੇ ਇਉਂ ਖਿਲਾਰ ਦਿੱਤੀ।
ਰੱਖਣਾ ਸ਼ੇਰਾ ਕਰਕੇ ਰਾਣੀ ਦੇ ਵੱਲ ਮੁੱਖਣਾ ਉਹਨੂੰ ਜਿੱਤੇ ਉਹਦਾ ਪਾਪ ਗਿਰਾਇਆ ਰੂਪ ਧਾਰਿਆ ਸਿੰਘਾਂ ਨੇ ਆਪ ਕਰਤਾਰ ਨੇ ਚੱਲ ਦੋਹਾਂ ਦਾ ਜਟਾਨ ਬਣਾਇਆ ਮਾਰ ਗੋਲੀਆਂ ਭਰਾ ਸਿੰਘਾਂ ਖੋਲਤਾ ਜ਼ਮੀਰ ਉੱਤੇ ਡਿੱਗ ਪਈ ਬੀਬੀ ਇੰਦਰਾ ਜ਼ਮੀਨ ਉੱਤੇ ਡਿੱਗ ਪਈ ਨਾਲੇ ਪਰਸੋਂ ਜ਼ਮੀਨ ਉੱਤੇ ਆਇਆ ਉਹਨੂੰ ਭੱਜ ਗਏ ਨੇ ਸੰਗੀ ਸਾਥੀ ਛੱਡ ਕੇ ਸੰਗੀ ਸਾਥੀ ਛੱਡ ਕੇ ਉਹ ਕਿਸੇ ਹੋਰ ਕਿਉਂ ਨਾ ਪਿਆਰ ਨਿਭਾਇਆ ਜਿਹੜੀ ਸਿੱਖਾਂ ਨੂੰ ਹੋ ਮੇਰੀ ਦਾਤ ਹੋ ਜਿਹੜੀ ਸਿੱਖਾਂ ਨੂੰ ਮਰਾਉਂਦੀ ਤੇ ਨਾਰਾਜ਼ ਸੀ ਹਾਏ ਉਹਦੇ ਪਾਣੀ ਨਾ ਕਿਸੇ ਨੇ ਮੂੰਹ ਚ ਪਾਇਆ ਹਾਹਾ
ਜੋਧਿਆ ਸੂਪ ਸਿੰਘ ਕੱਢਿਆਣਾ ਕਹੇ ਜੋਧਿਆ ਹੋ ਅੱਜ ਭਾਰੀ ਉਪਕਾਰ ਕਮਾਇਆ ਸਰ ਧੜਦੀਆਂ ਬਾਜ਼ੀਆਂ ਲੱਗ ਗਈਆਂ ਸਿੰਘਾਂ ਪੱਗ ਨੂੰ ਹੱਥ ਨਾ ਪਾਉਣ ਦਿੱਤਾ ਸਰ ਧੜਦੀਆਂ ਬਾਜ਼ੀਆਂ ਲੱਗ ਗਈਆਂ ਸਿੰਘਾਂ ਪੱਗ ਨੂੰ ਹੱਥ ਨਾ ਪਾਉਣ ਦਿੱਤਾ ਜਿਹਨੇ ਜਿਹਨੇ ਵੀ ਕੌਮ ਨਾਲ ਲਾਇਆ ਮੱਥਾ ਉਹਨੂੰ ਚੈਨ ਦੀ ਨੀਂਦ ਨਾ ਛਾਉਣ ਦਿੱਤਾ ਅਸੀਂ ਹੱਕ ਤੇ ਸੱਚ ਲਈ ਲੜਦੇ ਰਹੇ ਅਸੀਂ ਸਿੱਖਿਆ ਰੱਬ ਤੋਂ ਡਰਨਾ ਏ ਜਿਹਨੇ ਜਿਹਨੇ ਵੀ ਕੌਮ ਨਾਲ ਲਿਆ ਪੰਗਾ ਉਹਨੇ ਕੁੱਤੇ ਦੀ ਮੌਤ ਹੀ ਮਰਨਾ ਏ ਉਹ ਕੁੱਤੇ ਦੀ ਮੌਤ ਤੇ ਮਰਦੇ ਨੇ ਜਿਹੜੇ ਸਿੱਖੀ ਨਾਲ ਵੈਰ ਕਮਾਉਂਦੇ ਨੇ ਹੁਣ ਗੁਰੂ ਕੇ ਲਾਲਾ ਨੇ ਟੀਸੀ ਦਾ ਬੇਰ 70 ਕਰੋੜ ਦੀ ਆਬਾਦੀ ਦੇ ਵਿੱਚੋਂ ਝਾੜ ਲਿਆ 70 ਕਰੋੜ ਦੀ ਆਬਾਦੀ ਵਿੱਚੋਂ ਟੀਸੀ ਦਾ ਬੇਰ ਝਾੜਿਆ ਇੱਥੇ ਯਾਦ ਰੱਖਿਓ 15 ਅਗਸਤ 1984 ਵਾਲੇ ਦਿਨ ਜਦੋਂ ਲਾਲ ਕਿਲੇ ਤੇ ਤਿਰੰਗਾ ਚੜ੍ਹਾਉਣਾ ਸੀ ਤਾਂ ਦੇਸ਼ ਦੀ ਪ੍ਰਧਾਨ ਮੰਤਰੀ ਦੇ ਆਉਣ ਦਾ ਟਾਈਮ ਹੋਇਆ ਦੇਸ਼ ਦੀ ਪ੍ਰਧਾਨ ਮੰਤਰੀ ਜਦੋਂ ਆਈ ਸਟੇਜ ਤੇ ਸਾਰਿਆਂ ਨੇ ਤਾੜੀਆਂ ਮਾਰੀਆਂ ਲੀਡਰਾਂ ਨੇ ਉੱਠ ਕੇ ਸਵਾਗਤ ਕੀਤਾ ਪਰ ਠੀਕ 5 ਮਿੰਟਾਂ ਬਾਅਦ ਇੱਕ ਹੋਰ ਇੰਦਰਾ ਗਾਂਧੀ ਆ ਗਈ ਐਨ ਉਦਾਂ ਦੇ ਕੱਪੜੇ ਉਦਾਂ ਦਾ ਰੂਪ ਰੰਗ ਉਹੀ ਬਾਲਾਂ ਦਾ ਸਟਾਈਲ ਉਹੀ ਤੌਰ ਉਸੇ ਢੰਗ ਦੇ ਨਾਲ ਉਹ ਵੀ ਤੁਰੀ ਆਵੇ ਤਾਂ ਲੋਕ ਹੱਕੇ ਬੱਕੇ ਰਹਿ ਗਏ ਤਾੜੀਆਂ ਉਹਦੀ ਵਾਰੀ ਵੀ ਵੱਜੀਆਂ ਸਾਰਿਆਂ ਨੇ ਵੇਖਿਆ ਵੀ ਦੋ ਪ੍ਰਧਾਨ ਮੰਤਰੀਆਂ ਅਗਲੇ 5 ਮਿੰਟ ਬੀਤੇ ਤਾਂ ਤੀਜੀ ਪ੍ਰਧਾਨ ਮੰਤਰੀ ਹੋਰ ਆ ਗਈ ਦੋ ਪ੍ਰਧਾਨ ਮੰਤਰੀਆਂ ਇਹਨੇ ਨਕਲੀ ਬਣਾਈਆਂ ਹੋਈਆਂ ਸੀ ਇਹਨੇ ਰੱਬ ਬੁਲਾਇਆ ਹੋਇਆ ਸੀ ਕਹਿੰਦੀ ਪਹਿਲੀ ਗੱਲ ਤਾਂ ਸਿੱਖਾਂ ਨੇ ਮੇਰੇ ਕੋਲੇ ਮੈਨੂੰ ਮਾਰਨ ਵਾਸਤੇ ਆਉਣਾ ਨਹੀਂ ਜੇ ਆ ਗਏ ਦੁਨੀਆਂ ਨੂੰ ਪਤਾ ਹੋਵੇ 3 ਇੰਦਰਾ ਗਾਂਧੀ ਤੁਰੀਆਂ ਫਿਰਦੀਆਂ ਇਹਨਾਂ ਚੋਂ ਅਸਲੀ ਕਿਹੜੀ ਆ ਨਕਲੀ ਕਿਹੜੀ ਆ ਜੇ ਮਾਰਨਗੇ ਤਾਂ ਪਹਿਲੀ ਗੱਲ ਨਕਲੀ ਮਰੂ ਤੇ ਦੂਜੀ ਗੱਲ ਮਾਰਨ ਤੋਂ ਪਹਿਲਾਂ ਸੋਚਣਗੇ ਵੀ ਇਹ ਨਕਲੀ ਨਾ ਮਰ ਜਾ ਇਸ ਲਈ ਮੇਰੇ ਤੇ ਹਮਲਾ ਨਹੀਂ ਹੋਣਾ ਭਾਈ ਸਤਵੰਤ ਸਿੰਘ ਨੂੰ ਪਤਾ ਸੀ ਵੀ ਇਹਦੇ ਨਾਲ ਅਸਲੀ ਮੈਡਮ ਦੇ ਨਾਲ ਆਰ ਕੇ ਧਵਨ ਹੁੰਦਾ ਆਰ ਕੇ ਧਵਨ ਅਸਲੀ ਦੇ ਨਾਲ ਹੁੰਦਾ ਭਾਈ ਬੇਅੰਤ ਸਿੰਘ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਤੇ ਇਹਨਾਂ ਦੋਨਾਂ ਜਾਣਿਆਂ ਨੇ ਐਨ ਇਸ਼ਾਰਾ ਮਿਲਾ ਲਿਆ ਵੀ ਅਸਲੀ ਉਤਰੀ ਆਉਂਦੀ ਹੈ ਅਸਲੀ ਜਦੋਂ ਤੁਰੀ ਆਉਂਦੀ ਵੇਖੀ ਤਾਂ ਸਿੰਘਾਂ ਨੇ ਉਹ 33 ਕਰੋੜ ਦੇਵਤਿਆਂ ਦੀ ਪੁਜਾਰਨ ਦੇ 33 ਗੋਲੀਆਂ ਮਾਰੀਆਂ 5 ਗੋਲੀਆਂ ਭਾਈ ਬੇਅੰਤ ਸਿੰਘ ਨੇ ਮਾਰੀਆਂ ਅਤੇ 28 ਗੋਲੀਆਂ ਭਾਈ ਸਤਵੰਤ ਸਿੰਘ ਨੇ ਮਾਰੀਆਂ ਐਨ ਨਲਕੇ ਦੇ ਫਿਲਟਰ ਵਾਂਗੂ ਕਰਕੇ ਸੁੱਟ ਦਿੱਤੀ ਤੇ ਤਿੱਬਤੀਆਂ ਉਹ ਕਮਾਂਡੋ ਫੋਰਸ ਦੇ ਆਏ ਨੌਜਵਾਨ ਉਹਨਾਂ ਨੇ ਆ ਕੇ ਇਹਨਾਂ ਦੋਨਾਂ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਜਿਹਦੇ ਭੱਜੇ ਨਹੀਂ ਬਾਹਾਂ ਨਹੀਂ ਖੜੀਆਂ ਕੀਤੀਆਂ ਉਹਨਾਂ ਦੀ ਕੇਵਲ ਤੇ ਕੇਵਲ ਇੱਕੋ ਰੱਟ ਹੈ ਜਕਾਰੇ ਲਾਉਂਦੇ ਨੇ ਤਾਂ ਕਹਿੰਦੇ ਨੇ ਅਸੀਂ ਆਪਣਾ ਕੰਮ ਕਰ ਲਿਆ ਹੁਣ ਤੁਸੀਂ ਆਪਣਾ ਕਰ ਲਓ ਜੋ ਕਰਨਾ ਆ ਵੇਖੋ ਧਰਮ ਦੇ ਨਾਲੋਂ ਸਾਨੂੰ ਕੁਝ ਵੀ ਪਿਆਰਾ ਨਹੀਂ ਅਸੀਂ ਭਾਜੀਆਂ ਮੋੜਨੀਆਂ ਜਾਣਦੇ ਹਾਂ ਸਾਨੂੰ ਧਰਮ ਤੋਂ ਜਾਨਾਂ ਪਿਆਰੀਆਂ ਨਹੀਂ ਅਸੀਂ ਭਾਜੀਆਂ ਮੋੜਨੀਆਂ ਜਾਣਦੇ ਹਾਂ ਸਾਨੂੰ ਧਰਮ ਤੋਂ ਜਾਨਾਂ ਪਿਆਰੀਆਂ ਨਹੀਂ ਸਿਰ ਦੇ ਕੇ ਅਸਾਂ ਨੇ ਖੁਦ ਲਈਆਂ ਮੁੱਲ ਮਿਲਦੀਆਂ ਕਿਤੇ ਸਰਦਾਰੀਆਂ ਨਹੀਂ ਅਸੀਂ ਹਿੱਕ ਤੇ ਸਦਾ ਬਾਹਰ ਚੱਲੇ ਸਾਡੇ ਪਿੱਠ ਤੇ ਤੇਗਾਂ ਕਿਸੇ ਮਾਰੀਆਂ ਨਹੀਂ ਅਸੀਂ ਇੱਜ਼ਤਾਂ ਬਚਾਈਆਂ ਇਤਿਹਾਸ ਦੱਸੇ ਜੂਏ ਵਿੱਚ ਜਨਾਨੀਆਂ ਹਾਰੀਆਂ ਨਹੀਂ ਅਸੀਂ ਇੱਜ਼ਤਾਂ ਬਚਾਈਆਂ ਇਤਿਹਾਸ ਦੱਸੇ ਜੂਏ ਵਿੱਚ ਜਨਾਨੀਆਂ ਹਾਰੀਆਂ ਨਹੀਂ ਅਸੀਂ ਸ਼ੇਰਾਂ ਦੇ ਪੁੱਤ ਹਾਂ ਸ਼ੇਰ ਲੋਕੋ ਕੁੱਤੇ ਬਿੱਲਿਆਂ ਨਾਲ ਸਾਡੀਆਂ ਯਾਰੀਆਂ ਨਹੀਂ ਸਿੱਖ ਇਤਿਹਾਸ ਬੜਾ ਨਵੇਕਲਾ ਇਤਿਹਾਸ ਹੈ ਆ ਸਾਧ ਸੰਗਤ ਜਿੱਥੋਂ ਤੱਕ ਤੁਹਾਨੂੰ ਮੈਂ ਸੁਣਾਉਣਾ ਚਾਹੁੰਦਾ ਸੀ ਉੱਥੋਂ ਤੱਕ ਮੈਂ ਸੁਣਾਤਾ ਤੇ ਮੇਰਾ ਟਾਈਮ ਵੀ ਪੂਰਾ ਹੋ ਗਿਆ ਤੇ ਹੁਣ ਜਿਹੜੀ ਇੱਕ ਰਚਨਾ ਮੈਂ ਕਹਿਣੀ ਹੈ 1 ਘੰਟਾ ਭਾਈ ਸਾਹਿਬ ਕਹਿ ਗਏ ਸਨ 1 ਘੰਟੇ ਦਾ ਟਾਈਮ ਸਾਡਾ ਬੀਤ ਗਿਆ ਹੁਣ ਜਿਹੜੀ ਮੈਂ ਰਚਨਾ ਸੁਣਾਉਣੀ ਹੈ ਤੁਹਾਡੀ ਆਪਣੀ ਫਰਮਾਇਸ਼ ਹੈ ਸੋਮਵਾਰ ਤੋਂ ਲੈ ਕੇ ਅੱਜ ਤੱਕ
ਆ ਨਿੱਕੇ ਨਿੱਕੇ ਨਿਆਣੇ ਵੀ ਸਾਰੇ ਸਾਨੂੰ ਪੁੱਛਦੇ ਸੀ ਉਹ ਕਵਿਤਾ ਕਿੱਦਣ ਸੁਣਾਉਣੀ ਹੈ, ਤੇ ਉਹ ਕਵਿਤਾ ਜਿਹੜੀ ਆ ਢੋਟੀਆ ਸਾਹਿਬ ਨੇ ਸਾਰਿਆਂ ਨੂੰ ਪਹਿਲਾਂ ਹੀ ਸੁਣਾ ਦਿੱਤੀ ਆ। ਸੋ ਮੈਂ ਤੁਹਾਡੀ ਸੇਵਾ ਦੇ ਵਿੱਚ ਉਹਦੇ ਨਾਲ ਮਿਲਦੀ ਇੱਕ ਹੋਰ ਰਚਨਾ, ਬਿਲਕੁਲ ਸੇਮ ਉਹੋ ਹੀ ਕਹਾਣੀ ਹੈ, ਉਹ ਤੁਹਾਡੀ ਸੇਵਾ ਦੇ ਵਿੱਚ ਆਪਣੇ ਢਾਡੀ ਵੀਰਾਂ ਦੇ ਨਾਲ ਰਲ ਕੇ ਕਹਿਣ ਲੱਗਾ। ਪਹਿਲਾਂ ਤੁਸੀਂ ਵੀਰ ਰਸ ਸੁਣਿਆ, ਆਪਾਂ ਭਗਤੀ ਰਸ ਤੋਂ ਗੱਲ ਆਰੰਭ ਕੀਤੀ ਸੀ। ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਰਚਨਾ ਉਹ ਭਗਤੀ ਰਸ ਦੇ ਵਿੱਚ ਸਿੰਘਾਂ ਨੇ ਗਾਈ, ਉਸ ਤੋਂ ਬਾਅਦ ਵੀਰ ਰਸ ਸੁਣਿਆ। ਹੁਣ ਤੁਹਾਡੀ ਸੇਵਾ ਦੇ ਵਿੱਚ ਨੌ ਰਸਾਂ ਦੇ ਵਿੱਚ ਇੱਕ ਹੋਰ ਰਸ ਕਹਿਣ ਲੱਗਾ। ਸਾਹਿਤ ਦੇ ਨੌ ਰਸ ਹੁੰਦੇ ਨੇ, ਵੀਰ ਰਸ, ਕਰੁਣਾ ਰਸ, ਹਾਸ ਰਸ, ਭਗਤੀ ਰਸ। ਇਹਨਾਂ ਰਸਾਂ ਦੇ ਵਿੱਚੋਂ ਇੱਕ ਰਸ ਹੈ ਹਾਸ ਰਸ। ਇਹ ਹਾਸ ਰਸ ਰਚਨਾ ਹੈ ਗੁਰੂ ਕਿਰਪਾ ਕਰਨ ਸਾਡੀ ਤੁਹਾਡੀ ਦਾਤਾ ਜੀ ਪ੍ਰੀਤ ਬਣਾਈ ਰੱਖਣ, ਆ ਸਰਵਣ ਕਰਿਓ। ਪੰਜਾਬ ਦੀ ਧਰਤੀ 'ਤੇ ਜਿਹੜੇ ਗੁਰੂ ਕੇ ਸਿੱਖ ਖਵਾਉਣ ਵਾਲੇ ਹਨ, ਇੱਧਰ ਦੀ ਵੀ ਇੱਧਰ ਵੀ ਲਗਭਗ ਐਵੇਂ ਦੇ ਬਣਦੇ ਜਾ ਰਹੇ ਆ। ਇਕੱਲੇ ਪੰਜਾਬ ਦੀ ਗੱਲ ਨਹੀਂ ਹੈ, ਇੱਥੇ ਵੀ ਜਿਹੜੀ ਮਰਜ਼ੀ ਅਖਬਾਰ ਚੱਕ ਲਈਏ ਤਾਂ ਵਿੱਚ ਉਹ ਭੂਤਾਂ ਪ੍ਰੇਤਾਂ ਦੇ ਸਪੈਸ਼ਲਿਸਟ ਬਾਬਿਆਂ ਦੀਆਂ ਬੜੀਆਂ ਐਡਾਂ ਲੱਗੀਆਂ ਹੁੰਦੀਆਂ, ਅਤੇ ਉਹਨਾਂ ਦੀਆਂ ਦੁਕਾਨਾਂ ਸਾਡੇ ਸਿੱਖਾਂ ਦੇ ਸਿਰੋਂ ਬਹੁਤ ਚੱਲਦੀਆਂ, ਸਾਡੇ ਸਿੱਖ ਲੋਕ ਵੀ ਉਹਨਾਂ ਨੂੰ ਚੰਗਾ ਬਿਜ਼ਨਸ ਦਿੰਦੇ ਆ। ਕਈ ਵਾਰੀ ਸੋਚੀਦਾ ਭਾਈ ਅਮਰੀਕਾ ਦਾ ਵੀਜ਼ਾ ਲੈਣਾ ਹੋਵੇ ਤਾਂ ਬੈਸੀ ਵਿੱਚ ਬੜਾ ਮੱਥਾ ਮਾਰਨਾ ਪੈਂਦਾ, ਇੰਡੀਆ ਦੇ ਭੂਤਾਂ ਚੜੇਲਾਂ ਨੂੰ ਵੀਜ਼ਾ ਪਤਾ ਨਹੀਂ ਕਿਹਨੇ ਦਿੱਤਾ, ਇੰਡੀਆ ਦੇ ਭੂਤ ਇੱਥੇ ਵੀ ਆ ਕੇ ਵੱਸਦੇ ਆ, ਇੰਡੀਆ ਦੀਆਂ ਚੜੇਲਾਂ ਇੱਥੇ ਵੀ ਆ ਕੇ ਵਸਣ ਲੱਗ ਗਈਆਂ। ਅਖਬਾਰਾਂ ਪੜ੍ਹ ਕੇ ਬੜੀ ਹੈਰਾਨਗੀ ਹੁੰਦੀ ਆ। ਸਾਡੇ ਸਿੱਖਾਂ ਦੀ ਹਾਲਤ ਹੈ, ਡੈਰੀ ਤੋਂ ਦੁੱਧ ਮੁੱਲ ਲੈ ਕੇ ਸੱਪ ਨੂੰ ਪਾਉਣ ਵਾਸਤੇ ਜਾਂਦੇ ਆ, ਡੈਰੀ ਤੋਂ ਦੁੱਧ ਮੁੱਲ ਲੈ ਕੇ ਉਹ ਚੂਹਿਆਂ ਦੀਆਂ ਖੁੱਡਾਂ ਦੇ ਵਿੱਚ ਸੱਪ ਨੂੰ ਪਾਉਣ ਵਾਸਤੇ ਜਾਣਗੇ। ਇੱਕ ਕਹਿੰਦੇ ਵੀ ਸਰਦਾਰਾਂ ਦੇ ਘਰ ਦੀ ਮਾਈ ਗੁੱਗਾ ਪੂਜਣ ਚੱਲੀ ਹੈ, ਅਤੇ ਅਸੀਂ ਗੁੱਗਾ ਪੂਜਣਾ ਉਹਨੂੰ ਕਹਿੰਦੇ ਜਦੋਂ ਦੁਸ਼ਮਣ ਮਾਰਨਾ ਹੋਵੇ। ਭਾਈ ਸਤਵੰਤ ਸਿੰਘ ਅਤੇ ਭਾਈ ਬੇਅੰਤ ਸਿੰਘ ਨੇ ਇੰਦਰਾ ਗਾਂਧੀ ਦਾ ਗੁੱਗਾ ਪੂਜਿਆ, ਬਿਨਾਂ ਸੇਮੀਆਂ ਗੁੱਗਾ ਪੂਜਿਆ। ਉਹ ਬੀਬੀ ਗੁੱਗਾ ਪੂਜਣ ਚੱਲੀ ਆ, ਉਹਨੇ ਆਪਣੇ ਘਰ ਸੇਮੀਆਂ ਬਣਾਈਆਂ, ਸ਼ੱਕਰ ਪਾਈ ਉੱਤੇ, ਕਹਿਣ ਲੱਗੀ ਖੰਡ ਖਾ ਕੇ ਕਿਤੇ ਗੁੱਗੇ ਨੂੰ ਸ਼ੂਗਰ ਨਾ ਹੋ ਜਾਵੇ, ਇਹ ਖੰਡ ਵਾਲੀਆਂ ਸੇਮੀਆਂ ਨੇ ਗੁੱਗੇ ਨੂੰ ਖਵਾਉਣੀਆਂ, ਵਿਚਾਰਾ ਬਿਮਾਰ ਹੋ ਜੂਗਾ। ਸ਼ੱਕਰ ਵਾਲੀਆਂ ਸੇਮੀਆਂ ਬਣਾ ਕੇ ਲੈ ਕੇ ਗਈ, ਜਦੋਂ ਖੁੱਡ ਦੇ ਕੋਲੇ ਗਈ ਦੇਸੀ ਘੇ, ਉਹ ਦੇਸੀ ਘਿਓ ਦਾ ਉਹਨੇ ਧੂਫ ਦਿੱਤਾ ਅੱਗ ਦੀ ਅੰਗਿਆਰੀ ਦੇ ਉੱਤੇ ਪਾ ਕੇ, ਅਤੇ ਅਰਦਾਸ ਕਰਦੀ ਗੁੱਗਿਆ ਪੀਰਾ ਕਿਰਪਾ ਕਰੀ, ਅਤੇ ਗੁੱਗਾ ਦਿਆਲ ਹੋ ਗਿਆ ਵੀ ਚਲੋ ਦਰਸ਼ਨ ਹੀ ਦੇ ਦਿੰਦੇ ਹਾਂ। ਜਦੋਂ ਖੁੱਡ ਦੇ ਵਿੱਚੋਂ ਕਾਲਾ ਸ਼ਾਹ ਗੁੱਗਾ ਮਾੜਾ ਜਿਹਾ ਨਿਕਲਿਆ ਨਾ, ਉਹ ਹੱਥ ਕਰਕੇ ਕਹਿਣ ਲੱਗੀ ਨਾਨਾ ਬਾਬਾ ਵਿੱਚ ਹੀ ਰਹਿ, ਅਤੇ ਬਾਬਾ ਕਹਿੰਦਾ ਲੈ ਮਾਈ ਹੁਣ ਤੂੰ ਖੁੱਲ੍ਹੇ ਹੀ ਦਰਸ਼ਨ ਕਰ, ਅਤੇ ਜਦੋਂ ਗੁੱਗਾ ਮਗਰ ਮਗਰ ਭੱਜੇ ਅਤੇ ਮਾਈ ਨੇ ਚੱਕ ਲਈ 80 ਦੀ ਸਪੀਟ, ਉਹ ਸੇਮੀਆਂ ਦਾ ਥਾਲ ਅਤੇ ਉੱਥੇ ਹੀ ਮੂਧਾ ਮਾਰਤਾ, ਨਾਲੇ ਭੱਜੀ ਜਾਵੇ ਨਾਲੇ ਪਿੱਛੇ ਨੂੰ ਵੇਖੇ, ਅਤੇ ਗੁੱਗਾ ਆਉਂਦਾ ਵੇਖੇ ਮੂੰਹੋਂ ਸੱਪ ਬਿਨਾਂ ਨਿਕਲੇ, ਫਿਰ ਆਖੇ ਬੇ ਸੋਹਣ ਸਿਆ ਬਚਾਈ ਹੱਪ, ਫਿਰ ਸੱਪ ਬਿਨਾਂ ਮੂੰਹੋਂ ਕਾਲ ਹੋਵੇ, ਫਿਰ ਉਹ ਹੱਪ ਹੱਪ ਕਰਦੀ ਫਿਰੇ, ਅਤੇ ਭਾਈ ਸੋਹਣ ਸਿੰਘ ਨੇ ਵੀ ਗੋਹਾ ਠਾਉਣ ਵਾਲਾ ਫੌੜਾ ਚੱਕਿਆ, ਸੱਪ ਦੀ ਸਿਰੀ 'ਚ 3-4 ਧੜੇ, ਤਾਂ ਜਿਹੜੀ ਪਹਿਲਾਂ ਬੀਬੀ ਮੱਥਾ ਟੇਕਦੀ ਸੀ ਨਾ, ਹੁਣ ਉਹ ਆਖਿਆ ਸੋਹਣ ਸਿਆ ਇਹਦੀ ਸਿਰੀ 'ਚ ਮਾਰ, ਸਿਰੀ 'ਚ ਹਾਲੇ ਸਹਿਕਦਾ, ਹਜੇ ਥੋੜ੍ਹਾ ਥੋੜ੍ਹਾ ਸਹਿਕਦਾ, ਇਹਦੀ ਸਿਰੀ 'ਚ ਮਾਰ 3-4। ਇਵੇਂ ਦੀ ਸਾਡੀ ਪੂਜਾ ਸਾਡੇ ਲੋਕਾਂ ਦੇ ਵਿੱਚ ਬਣਦੀ ਜਾ ਰਹੀ ਹੈ। ਆਹ ਜਿਹੜੀ ਮੈਂ ਰਚਨਾ ਕਹਿਣ ਲੱਗਾ ਇਹ ਹਾਸ ਰਸ ਦੀ ਰਚਨਾ ਹੈ, ਪਰ ਹੈ ਇਤਿਹਾਸਿਕ, ਹੈ ਇਤਿਹਾਸਿਕ, ਇਹਨੂੰ ਮਿਥਿਹਾਸ ਨਹੀਂ ਕਿਹਾ ਜਾ ਸਕਦਾ। ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਜਦੋਂ ਕੋਈ ਬੰਦਾ ਮਰਦਾ ਤੇ ਧਰਮਰਾਜ ਕਹਿੰਦੇ ਲੇਖਾ ਜੋਖਾ ਕਰਦਾ, ਦੇਸ਼ ਦੀ ਪ੍ਰਧਾਨ ਮੰਤਰੀ ਮਰ ਗਈ, ਦੇਸ਼ ਦੀ ਪ੍ਰਧਾਨ ਮੰਤਰੀ ਧਰਮਰਾਜ ਦੀ ਕਚਹਿਰੀ 'ਚ ਗਈ, ਧਰਮਰਾਜ ਹੁਣ ਲੇਖਾ ਲੈਣ ਲੱਗਾ, ਲੇਖਾ ਰੱਬ ਲੈਂਦਾ। ਪਿੱਛੇ ਜਿਹੇ ਅਖਬਾਰ ਵਿੱਚ ਇੱਕ ਚੁਟਕਲਾ ਪੜ੍ਹਿਆ ਸੀ, ਕਹਿਣ ਲੱਗੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਦੀ ਘਰਵਾਲੀ ਬੀਬੀ ਸੁਰਿੰਦਰ ਕੌਰ ਮਰ ਗਈ, ਜਦੋਂ ਮਰ ਕੇ ਧਰਮਰਾਜ ਕੋਲੇ ਗਈ, ਧਰਮਰਾਜ ਕਹਿਣ ਲੱਗਾ ਲਿਆ ਬੀਬੀ ਗੁਰੂ ਰਾਮਦਾਸ ਦੇ ਲੰਗਰ ਦੀ ਹੇਰਾਫੇਰੀ ਦਾ ਹਿਸਾਬ ਕਿਤਾਬ, ਗੁਰੂ ਰਾਮਦਾਸ ਮਹਾਰਾਜ ਦੇ ਲੰਗਰ ਦੀ ਹੇਰਾਫੇਰੀ ਦਾ ਹਿਸਾਬ ਕਿਤਾਬ ਦੇ ਕਿੰਨਾ। ਉਹ ਕਹਿਣ ਲੱਗੀ ਉਹ ਕਿਤਾਬਾਂ ਤਾਂ ਮੱਕੜ ਕੋਲੇ ਰਹਿ ਗਈਆਂ, ਉਹ ਕਾਪੀਆਂ ਮੈਂ ਨਾਲ ਥੋੜ੍ਹਾ ਲੈ ਕੇ ਆਈਆਂ। ਉਹ ਕਹਿਣ ਲੱਗੇ ਵੀ ਲੰਗਰ ਤਾਂ ਤੇਰੇ ਨਾਂ ਦਾ ਚੱਲਦਾ ਸੀ, ਲੋਕੀ ਥੋੜ੍ਹਾ ਤਾਂ ਕਹਿੰਦੇ ਸੀ ਵੀ ਗੁਰੂ ਰਾਮਦਾਸ ਦਾ ਲੰਗਰ, ਲੋਕੀ ਤਾਂ ਸਾਰੇ ਇਹੀ ਕਹਿੰਦੇ ਸੀ ਬੀਬੀ ਬਾਦਲ ਦਾ ਲੰਗਰ ਹੈ, ਅਤੇ ਮੱਕੜ ਕੋਲੇ ਕਿਤਾਬਾਂ ਕਿਉਂ ਛੱਡੀਆਂ। ਉਹ ਕਹਿਣ ਲੱਗੀ ਧਰਮਰਾਜ ਸਾਹਿਬ 2 ਮਹੀਨੇ ਰੁਕ ਜਾਓ, ਕੀ ਪਤਾ ਮੱਕੜ ਸਾਹਿਬ ਵੀ ਇੱਥੇ ਆ ਹੀ ਜਾਣ।
ਆਉਣ ਲੱਗੇ ਉਹ ਲੈ ਹੀ ਆਉਣਗੇ। ਸੋ ਧਰਮਰਾਜ ਰੱਬ ਲੇਖਾ ਲੈਂਦਾ, ਉਹ ਧਰਮਰਾਜ ਨੇ ਲੇਖਾ ਜੋਖਾ ਕਰਵਾਇਆ ਇੰਦਰਾਂ ਦਾ। ਤੇ ਧਰਮਰਾਜ ਕਹਿਣ ਲੱਗਾ ਵੇ ਬੀਬੀ, 10 ਕੁ ਦਿਨ ਬਣਦੇ ਨੇ ਤੇਰੇ ਸਵਰਗ ਦੇ, ਬਾਕੀ ਨਰਕਾਂ ਦੀ ਪੱਕੀ ਨੈਸ਼ਨੈਲਿਟੀ ਆ। ਹੁਣ ਵੇਖ ਲਾ ਵੀ ਪਹਿਲਾਂ ਸਵਰਗਾਂ 'ਚ ਜਾਣਾ ਕਿ ਪਹਿਲਾਂ ਨਰਕਾਂ 'ਚ ਜਾਣਾ। ਆਹ ਨਿੱਕੇ ਨਿੱਕੇ ਬੱਚੇ ਜਿਹੜੇ ਇਹਨਾਂ ਦੀ ਫਰਮਾਇਸ਼ ਆਏ, ਸਤਿਕਾਰਯੋਗ ਸਾਰੀਆਂ ਸੰਗਤਾਂ ਪਿਆਰ ਨਾਲ ਸੁਣਿਓ, ਇਹ ਰਚਨਾ ਨੂੰ ਸੁਣੋਗੇ ਤੁਹਾਡੇ ਦਿਲ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਦਾ ਭੈ ਪੈਦਾ ਹੋਵੇਗਾ। ਜੋ ਸਾਡੇ ਸਾਹਿਤਕਾਰ ਨੇ ਉਹਨਾਂ ਨੇ ਨੌ ਰਸ ਜਿਹੜੇ ਬਣਾਏ ਨੇ ਨਾ, ਉਹ ਇਸੇ ਤਰੀਕੇ ਨਾਲ ਬਣਾਏ। ਹਮੇਸ਼ਾ ਤੱਕੋਗੇ ਹਾਸ ਰਸ ਨੂੰ ਅਖੀਰ ਤੇ ਕਿਹਾ ਜਾਂਦਾ, ਤਾਂ ਕਿ ਜਦੋਂ ਸੰਗਤਾਂ ਬਹੁਤ ਚਿਰ ਬੈਠੀਆਂ ਹੋਣ ਨਾ, ਉਹਨਾਂ ਨੂੰ ਜਦੋਂ ਬੋਰਿੰਗ ਮਹਿਸੂਸ ਹੋਣ ਲੱਗ ਜਾਵੇ ਤਾਂ ਫਿਰ ਹਾਸ ਰਸ ਦੀ ਰਚਨਾ ਆਮ ਆਖੀ ਜਾਂਦੀ ਹੈ। ਆਹ ਸਰਵਣ ਕਰਿਓ ਜੀ, ਜਦੋਂ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਧਰਮਰਾਜ ਕਹਿੰਦਾ ਬੋਲ ਬੀਬੀ ਪਹਿਲਾਂ ਸਵਰਗਾਂ 'ਚ ਜਾਣਾ ਕਿ ਪਹਿਲਾਂ ਨਰਕਾਂ 'ਚ ਜਾਣਾ, ਕਹਿੰਦੀ ਪਹਿਲਾਂ ਮੈਨੂੰ ਸਵਰਗਾਂ 'ਚ ਭੇਜੋ। ਧਰਮਰਾਜ ਦਾ ਜਮਦੂਤ ਫੜ ਕੇ ਲੈ ਗਿਆ ਸਵਰਗਾਂ ਵੱਲੋਂ। ਜਦੋਂ ਸਵਰਗਾਂ ਦਾ ਗੇਟ ਟੱਪਣ ਲੱਗੀ ਆ, ਸਵਰਗਾਂ ਦੇ ਗੇਟ ਵਿੱਚ ਖਲੋਤਾ ਭਾਈ ਬੇਅੰਤ ਸਿੰਘ ਰਿਵਾਲਵਰ ਨੂੰ ਤੇਲ ਦੇਵੇ। ਭਾਈ ਬੇਅੰਤ ਸਿੰਘ ਕਿਉਂਕਿ ਉੱਥੇ ਹੀ ਸ਼ਹੀਦ ਹੋ ਗਿਆ ਸੀ, ਭਾਈ ਬੇਅੰਤ ਸਿੰਘ ਰਿਵਾਲਵਰ ਨੂੰ ਤੇਲ ਦਿੰਦਾ ਵੇਖਿਆ ਡਰ ਗਈ, ਕਹਿਣ ਲੱਗੀ ਮੈਂ ਮਰ ਗਈ, ਇਹਨੇ ਦਿੱਲੀ ਮੈਨੂੰ ਗੋਲੀਆਂ ਮਾਰੀਆਂ, ਇੱਥੇ ਵੀ ਇਹਨੇ ਮੈਨੂੰ ਮਾਰ ਦੇਣਾ, ਮੈਂ ਨਹੀਂ ਇੱਥੇ ਰਹਿਣਾ, ਮੈਨੂੰ ਤੁਸੀਂ ਨਰਕਾਂ 'ਚ ਹੀ ਛੱਡ ਆਓ, ਨਾਲੇ ਸਾਡੇ ਉੱਥੇ ਵੱਡ ਵਡੇਰੇ ਮਹਾਤਮਾ ਗਾਂਧੀ ਹੁਣੀ ਹੋਣਗੇ, ਉਹਨਾਂ ਨਾਲ ਮੇਰਾ ਸੋਹਣਾ ਦਿਲ ਲੱਗ ਜਾਣਾ, ਮੈਨੂੰ ਤੁਸੀਂ ਨਰਕਾਂ ਵਿੱਚ ਹੀ ਛੱਡ ਆਓ। ਉਹਨੂੰ ਹੁਣ ਧਰਮਰਾਜ ਦੇ ਜਮਦੂਤ ਜਿਹੜੇ ਆ ਉਹ ਫੜ ਕੇ ਨਰਕਾਂ ਵਿੱਚ ਨੂੰ ਲੈ ਕੇ ਚੱਲਿਆ। ਨਰਕਾਂ ਦਾ ਜਦੋਂ ਦਰਵਾਜ਼ਾ ਟੱਪਦੀ ਆ ਨਾ, ਉਹ ਨਰਕਾਂ ਦੇ ਵਿੱਚ ਇੱਕ ਧੜ ਤੁਰਿਆ ਫਿਰਦਾ, ਧੜ ਉੱਪਰ ਸਿਰ ਹੈ ਨਹੀਂ, ਧੜ ਇਕੱਲਾ ਹੀ ਤੁਰਿਆ ਫਿਰਦਾ, ਧੜ ਉੱਪਰ ਸਿਰ ਹੈ ਨਹੀਂ, ਉਹ ਧੜ ਬੋਲਦਾ। ਉਹ ਧੜ ਬੋਲਿਆ, ਕਹਿਣ ਲੱਗਾ ਮਾਸੀ ਆ ਗਈ। ਇਹ ਵੇਖੀ ਕਹਿ ਵੇਖੇ ਵੀ ਮੇਰਾ ਇੱਥੇ ਭਾਣਜਾ ਭਤੀਜਾ ਘੜਾ ਗਿਆ, ਵੇ ਤੂੰ ਕੌਣ ਹੈ? ਕਹਿੰਦਾ ਮਾਸੀ ਮੈਂ ਮੱਸਾ ਰੰਗੜਾ, ਮੈਂ ਤੂੰ ਪਹਿਚਾਣਿਆ ਨਹੀਂ, ਮੈਂ ਮੱਸਾ ਰੰਗੜਾ, ਤੂੰ ਮੈਨੂੰ ਪਹਿਚਾਣਿਆ ਨਹੀਂ, ਤੂੰ ਇੱਥੇ ਕਿਵੇਂ ਆ ਗਈ? ਉਹ ਕਹਿਣ ਲੱਗੀ ਵੀ ਤੂੰ ਕਿਵੇਂ ਆਇਆ? ਕਹਿੰਦੀ ਵੀ ਮੈਂ, ਕਹਿੰਦਾ ਮੈਂ ਵੀ ਦਰਬਾਰ ਸਾਹਿਬ ਦੇ ਨਾਲ ਮੱਥਾ ਲਾਇਆ ਸੀ। ਕਹਿੰਦੀ ਬਸ ਤੇਰੇ ਵਾਲਾ ਪਾਪ ਮੇਰੇ ਕੋਲੋਂ ਹੋ ਗਿਆ, ਮਾਸੀ ਤੇਰੇ ਵਾਲਾ ਹੀ ਗੁਨਾਹ ਮੇਰੇ ਕੋਲੋਂ ਹੋਇਆ, ਪਰ ਇੱਕ ਗੱਲੋਂ ਤੂੰ ਚੰਗੀ ਰਹਿ ਗਈ। ਇੰਦਰਾ ਕਹਿੰਦੀ ਕੀ, ਮੈਂ ਕਿਉਂ ਚੰਗੀ ਰਹਿ ਗਈ? ਕਹਿੰਦਾ ਤੂੰ ਸਾਬਤੀ ਆ ਗਈ, ਮੈਂ ਤਾਂ ਬਿਨਾਂ ਸਿਰ ਤੋਂ ਸਿੰਘਾਂ ਨੇ ਪਹਿਚਾਣਿਆ, ਮੈਨੂੰ ਤਾਂ ਬਿਨਾਂ ਸਿਰ ਤੋਂ ਸਿੰਘਾਂ ਨੇ ਇੱਥੇ ਘੱਲਿਆ, ਤੂੰ ਸਾਬਤੀ ਆ ਗਈ, ਇਸ ਲਈ ਤੂੰ ਚੰਗੀ ਰਹਿ ਗਈ। ਲਓ ਜੀ, ਦਿਨ ਦੇ ਸੋਹਣੇ ਬੀਤੀ ਜਾ ਰਹੇ ਆ ਨਰਕਾਂ ਦੇ ਵਿੱਚ। ਹੁਣ ਸੋਹਣਾ ਇਹਦਾ ਬੋਲਬਾਲਾ ਨਰਕਾਂ ਦੇ ਵਿੱਚ ਬਣਿਆ ਵੀ ਪ੍ਰਧਾਨ ਮੰਤਰੀ ਤੁਰੀ ਫਿਰਦੀ ਆ ਨਰਕਾਂ ਦੇ ਵਿੱਚ। ਵਕਤ ਆਪਣੀ ਤੋਰੇ ਤੁਰਦਾ ਗਿਆ, ਸੰਨ ਚੜ ਪਿਆ 1995। 1995 ਦੇ ਸਤੰਬਰ ਮਹੀਨੇ ਦੀਆਂ ਪਹਿਲੀਆਂ ਤਰੀਕਾਂ, 2-3 ਤਰੀਕ ਹੈ, ਉਹ ਮੱਸਾ ਰੰਗੜ ਅੱਜ ਉਹਦੇ ਧੜ ਉੱਤੇ ਸਿਰ ਵੀ ਫਿੱਟ ਹੈ, ਕਾਲੀ ਪੱਗ ਬੰਨੀ ਆ, ਐਨਕਾਂ ਲਾਈ ਫਿਰਦਾ, ਆ ਕੇ ਇੰਦਰਾ ਦੇ ਕੋਲੇ ਬੈਠ ਕੇ ਗੱਲਾਂ ਕਰਦਾ, ਮਾਸੀ ਸੁਣਾ ਕੋਈ ਗੱਲਬਾਤ। ਉਹ ਕਹਿੰਦੀ ਤੂੰ ਕੌਣ ਹੈ? ਕਹਿੰਦਾ ਮੈਂ ਮੱਸਾ ਰੰਗੜ। ਕਹਿੰਦੀ ਤੇਰਾ ਸਿਰ ਕਿੱਥੋਂ ਆ ਗਿਆ? ਅੱਗੇ ਦਾ ਤਾਂ ਕੋਈ ਸਿਰ ਹੀ ਨਹੀਂ ਸੀ, ਅੱਜ ਬੜੀਆਂ ਐਨਕਾਂ ਲਾ ਕੇ ਟੌਰ ਕੱਢੀ ਫਿਰਦਾ। ਉਹ ਕਹਿਣ ਲੱਗਾ ਮਾਸੀ ਮੇਰੀ ਤਾਂ ਲਾਟਰੀ ਨਿਕਲ ਆਈ ਕੱਲ੍ਹ, ਆਹ ਧਰਮਰਾਜ ਦੇ ਜਮਦੂਤ ਚੱਲੇ ਸੀ ਬੰਦਾ ਮਾਰਨ, ਮੈਨੂੰ ਕਹਿੰਦੇ ਵੀ ਚੱਲ ਮੱਸਿਆ ਤੈਨੂੰ ਚੰਡੀਗੜ੍ਹ ਘੁਮਾ ਕੇ ਲੈ ਕੇ ਆਈਏ। ਕਹਿੰਦਾ ਮੈਂ ਚੰਡੀਗੜ੍ਹ ਵੇਖਣ ਵਾਸਤੇ ਇਹਨਾਂ ਨਾਲ ਗਿਆ। ਲਓ ਮਾਸੀ ਮੇਰੇ ਦੇਖਣ ਦੀ ਗੱਲ ਹੈ ਵੀ ਪੰਜਾਬ ਦਾ ਮੁੱਖ ਮੰਤਰੀ ਬੇਅੰਤਾ ਬੁੱਚੜ ਤੁਰਿਆ ਆਉਂਦਾ, ਤੇ ਉਹ ਭਾਈ ਦਿਲਾਵਰ ਸਿੰਘ ਨੇ ਆਉਣ ਸਾਰ ਬੰਬ ਚਲਾਇਆ, ਬਸ ਉਹ ਬੇਅੰਤ ਸਿੰਘ ਸੀਰਨੀ ਵਾਂਗੂ ਖਿਲਾਰ ਦਿੱਤਾ। ਉਹ ਖੜਾਕ ਸੁਣ ਕੇ ਕੋਈ ਕਿੱਧਰ ਨੂੰ ਭੱਜਾ, ਕੋਈ ਕਿੱਧਰ ਨੂੰ ਭੱਜਾ। ਮਾਸੀ ਮੈਂ ਤਾਂ ਭੱਜ ਕੇ ਜਾ ਕੇ ਸਿਰ ਚੱਕਿਆ ਵੀ ਆਪਾਂ ਨੂੰ ਤਾਂ ਇਹੀ ਚਾਹੀਦਾ, ਆਪਾਂ ਨੂੰ ਤਾਂ ਇਹੋ ਹੀ ਚਾਹੀਦਾ। ਕਹਿੰਦਾ ਮੈਂ ਸਿਰ ਵੀ ਉਹਦਾ ਲੈ ਕੇ ਆਇਆ, ਪੱਗ ਵੀ ਉਹਦੇ ਵਾਲੀ ਚੱਕ ਲਿਆਂਦੀ, ਐਨਕਾਂ ਵੀ ਉਹਦੇ ਵਾਲੀਆਂ ਲੈ ਆਇਆ, ਇਸ ਲਈ ਹੁਣ ਆਪਣੀ ਪੂਰੀ ਟੌਰ ਹੈ। ਆਹ ਨਰਕਾਂ ਦੇ ਵਿੱਚ ਇੰਦਰਾ ਗਾਂਧੀ ਸੈਰ ਕਰਦੀ ਆ ਜਿਹੜੀ ਰਚਨਾ ਤੁਹਾਡੀ ਸੇਵਾ ਵਿੱਚ ਕਹਿਣ ਲੱਗਿਆ। ਵੀਰਾਂ ਨੇ ਆਖਿਆ ਸੀ ਵੀ ਕਵਿਤਾ ਕਿਉਂ, ਉਹ ਤਾਂ ਮਾਰਦੀ ਫਿਰੇ ਲਲਕਾਰੇ, ਨਹਿਰੂ ਦੀ ਕੁੜੀ ਭੂਤ ਬਣ ਗਈ। ਇਹਨਾਂ ਨੇ ਆਖਿਆ ਸੀ ਵੀ ਉਹ ਸੁਣਨਾ,
ਮੈਂ ਤੁਹਾਡੀ ਸੇਵਾ ਵਿੱਚ ਆਹ ਜਿਹੜੀ ਰਚਨਾ ਕਹਿਣ ਲੱਗਾ, ਕਿਉਂਕਿ ਉਹਦਾ ਤੁਸੀਂ ਆਹ ਟੋਟੀਆ ਜੀ ਦੇ ਕੋਲੋਂ ਸਾਰਿਆਂ ਨੇ ਸੁਣੇ ਹੀ ਲਈ ਆ, ਭਾਈ ਤੀਰਥ ਸਿੰਘ ਜੀ ਦੇ ਕੋਲੋਂ, ਆਹ ਬਿਲਕੁਲ ਇਹਦੇ ਨਾਲ ਦੀ ਰਚਨਾ ਤੁਹਾਡੀ ਸੇਵਾ ਦੇ ਵਿੱਚ ਮੈਂ ਕਹਿਣ ਲੱਗਾ। ਜਦੋਂ ਨੱਥੂ ਰਾਮ ਗੌਡਸੇ ਨੇ, ਬਹੁਤ ਇਕਾਗਰਤਾ ਨਾਲ ਸੁਣਿਓ, ਆਹ ਹੁਣ ਕੋਈ ਹਾਸ ਰਸ ਨਹੀਂ ਆ ਜਿਹੜੀ ਮੈਂ ਗੱਲ ਕਰਨ ਲੱਗਾ। ਨੱਥੂ ਰਾਮ ਗੌਡਸੇ ਨੇ ਮਹਾਤਮਾ ਗਾਂਧੀ ਮਾਰਿਆ। ਜਦੋਂ ਗੌਡਸੇ ਗਾਂਧੀ ਦਾ ਕਤਲ ਕੀਤਾ, ਉਹ ਹਿੰਦੂ ਸੀ, ਕਿਸੇ ਹਿੰਦੂ ਨੇ ਹਿੰਦੂ ਨੂੰ ਉਦੋਂ ਮਾਰਿਆ ਸੀ। ਜਦੋਂ ਗੌਡਸੇ ਗਾਂਧੀ ਦਾ ਕਤਲ ਕੀਤਾ, ਉਹ ਹਿੰਦੂ ਸੀ, ਉਦੋਂ ਕਿਸੇ ਹਿੰਦੂ ਨੇ ਹਿੰਦੂ ਨੂੰ ਮਾਰਿਆ ਸੀ, ਉਦੋਂ ਕਿਸੇ ਹਿੰਦੂ ਨੇ ਲੁੱਟੀ ਸੀ ਹਿੰਦੂ ਹੱਟੀ, ਜਾਂ ਕਿਸੇ ਨੇ ਉਹਦੀ ਭੈਣ ਨੂੰ ਥੱਪੜ ਕਿਸੇ ਮਾਰਿਆ ਸੀ, ਉਹਦੇ ਬਾਪ ਨੂੰ ਕਿਸੇ ਨੇ ਗਾਲ ਕੱਢੀ, ਉਹਦੇ ਮੰਦਿਰ ਦਾ ਬੂਹਾ ਕਿਸੇ ਸਾੜਿਆ ਸੀ, ਬਿਲਕੁਲ ਨਹੀਂ। ਇੰਦਰਾ ਮਰੀ ਹਕੂਮਤ ਦੇ ਜ਼ੋਰ ਅੰਦਰ, ਤੁਸਾਂ ਬਹੁਤੇ ਸਿੱਖ ਸਰਦਾਰਾਂ ਨੂੰ ਸਾੜ ਸੁੱਟਿਆ, ਬਹੁਤਾ ਕੀ ਆਖੀਏ ਗੁਰਦੁਆਰੇ ਵੀ ਫੂਕ ਦਿੱਤੇ, ਬੱਚੇ ਬੁੱਢਿਆਂ ਤਾਈਂ ਹੈ ਮਾਰ ਸੁੱਟਿਆ। ਇਹ ਕਿੱਥੋਂ ਦਾ ਕਾਨੂੰਨ ਸੀ? ਰਾਖਾ ਘਰ ਦਾ ਕਮਲਿਓ ਨਾ ਮਾਰੋ, ਰਾਖਾ ਘਰ ਦਾ ਕਮਲਿਓ ਨਾ ਮਾਰੋ, ਚੋਰਾਂ ਘਰ ਆ ਕੇ ਸਾਫ਼ ਕਰ ਜਾਣਾ, ਸਿੱਖ ਕੌਮ ਦੇ ਜਜ਼ਬੇ ਨਾ ਕਰੋ ਠੰਡੇ, ਜਿਸ ਦਿਨ ਸਿੱਖ ਠਰ ਗਏ ਦੇਸ਼ ਹਰ ਜਾਣਾ, ਜਿੱਤਾਂ ਦੇਸ਼ ਦੀਆਂ ਸਿੱਖਾਂ ਦੇ ਸਿਰਾਂ ਉੱਤੇ, ਜਿਸ ਦਿਨ ਸਿੱਖ ਮਰ ਗਏ ਦੇਸ਼ ਹਰ ਜਾਣਾ। ਪਰ ਇਹਨਾਂ ਲੋਕਾਂ ਨੂੰ ਕੌਣ ਸਮਝਾਵੇ? ਇੰਦਰਾ ਦੀ ਮੌਤ ਤੋਂ ਬਾਅਦ ਵਿੱਚ ਆ ਫਿਲਮਾਂ ਵਿੱਚ ਕੰਮ ਕਰਦਾ ਐਕਟਰ, ਉਹਦਾ ਨਾਂ ਹੈ ਲੰਬੂ ਲੰਬੂ ਕਰਕੇ ਆਪਾਂ ਸਦੀਦਾ ਅਮਿਤਾਭ ਬੱਚਨ, ਉਹਨੇ ਕਿਹਾ ਸੀ, ਕਹਿਣ ਲੱਗਾ ਵੀ ਖੂਨ ਕਾ ਬਦਲਾ ਖੂਨ। ਉਹਦੀ ਇੰਨੀ ਗੱਲ ਕਹਿਣ ਦੇ ਨਾਲ ਸਰਕਾਰੀ ਰਿਪੋਰਟ ਮੁਤਾਬਕ 3,500 ਬੰਦਾ ਦਿੱਲੀ ਦੀ ਧਰਤੀ 'ਤੇ ਅੱਗ ਲਾ ਕੇ ਜਿਉਂਦਿਆਂ ਸਾੜਿਆ ਗਿਆ। ਸਰਕਾਰੀ ਰਿਪੋਰਟ ਕਹਿੰਦੀ ਆ ਭਾਈ 3,700 ਬੰਦਾ, 3,700 ਸਿੱਖਾਂ ਦਾ ਕਤਲੇਆਮ ਹੋਇਆ। ਲੱਖ ਲਾਣਤ ਐਸੇ ਕਾਨੂੰਨ ਦੇ, 3,700 ਮਰਿਆ, ਸਰਕਾਰ ਮੰਨਦੀ ਹੋਵੇ ਪਰ ਕਿਸੇ ਦੇ ਵਿਰੁੱਧ FRI ਇੱਕ ਵੀ ਦਰਜ ਨਾ ਹੋਈ ਹੋਵੇ। FRI ਕਿਸੇ ਇੱਕ ਦੀ ਵੀ ਵਿਰੁੱਧ ਨਾ ਉਹਦੇ ਵਿੱਚ ਲਿਖੀ ਗਈ ਹੋਵੇ। ਲਾਣਤ ਹੈ ਐਸੇ ਕਾਨੂੰਨ ਦੀ ਸੋਚ ਵਾਲਿਆਂ ਦੇ ਉੱਤੇ। ਆ ਤੱਕਣਾ ਸਾਧ ਸੰਗਤ ਭਾਰਤ ਦਾ ਕਾਣਾ ਕਾਨੂੰਨ ਕਿਵੇਂ ਸਿੱਖਾਂ ਦੇ ਨਾਲ ਵਿਤਕਰਾ ਕਰਦਾ ਹੈ। ਅਸੀਂ ਇੱਕ ਰਚਨਾ ਰਿਕਾਰਡ ਕਰਵਾਈ ਸੀ, ਵੈਰੀਆਂ ਨੇ ਫਾਂਸੀ ਦੀ ਤਰੀਕ ਬੰਨ ਦਿੱਤੀ ਭਾਈ ਰਾਜੋਆਣੇ ਦੀ, ਉਹਦੇ ਵਿੱਚ ਇਹ ਗੱਲ ਬੜੀ ਅੱਛੇ ਤਰੀਕੇ ਨਾਲ ਅਸੀਂ ਖੋਲ੍ਹਣ ਦਾ ਯਤਨ ਕੀਤਾ ਸੀ ਕਿ ਅੱਜ ਫਿਰ ਸਾਡੇ ਹੀ ਖਿਲਾਫ਼ ਚੱਲੀ ਕਲਮ ਕਾਨੂੰਨ ਕਾਣੇ ਦੀ, ਸਾਡੇ ਭਾਰਤ ਦਾ ਕਾਨੂੰਨ ਸਿੱਖਾਂ ਵੇਲੇ ਕਾਣਾ ਹੋ ਜਾਂਦਾ। ਬਹੁਤਾ ਕੀ ਆਖਾਂ, ਆਹ ਬੜੀ ਮੈਂ ਦਿਲ ਦੀ ਗੱਲ ਕਹਿਣ ਲੱਗਾ ਤੁਹਾਡੇ ਨਾਲ। ਕਾਨੂੰਨ ਜਾਂ ਕਾਨੂੰਨ ਦੇ ਰਾਖਿਆਂ ਦੇ ਉੱਤੇ ਗਿਲਾ ਨਹੀਂ, ਅਤੇ ਗਿਲਾ ਸਾਨੂੰ ਆਪਣਿਆਂ ਦੇ ਉੱਤੇ ਵੀ ਆ ਜਾਂਦਾ। ਸਾਡੇ ਸਿੱਖਾਂ ਦੇ ਘਰ ਜੰਮੇ ਜਾਏ, ਸਿੱਖਾਂ ਦੇ ਘਰ ਜੰਮੀਆਂ ਜਾਈਆਂ, ਇਹ ਵੀ ਸਿੱਖ ਇਤਿਹਾਸ ਤੋਂ ਟੁੱਟ ਗਏ। ਸਾਨੂੰ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਦਾ ਨਾਮ ਅੱਜ ਆਉਣ ਵਾਲੇ ਸਮੇਂ ਲੱਗਦਾ ਵੀ ਭੁੱਲ ਜਾਣਾ, ਕਿਉਂਕਿ ਅਸੀਂ ਪਹਿਲੇ ਭੁਲਾ ਦਿੱਤੇ, ਤਾਂ ਇਹ ਵੀ ਸਾਨੂੰ ਲੱਗਦਾ ਵੀ ਭੁੱਲ ਨਾ ਜਾਣ ਕਿਤੇ। ਆਹ ਸਰਵਣ ਕਰਿਓ, ਜੰਡ ਥੱਲੇ ਮਰਿਆ ਮਿਰਜ਼ਾ, ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਨਾਲ ਖੇਡਦਾ ਆਪਣੀ ਕਰਤੂਤੀ ਮਰਿਆ, ਉਹ ਜੰਡ ਥੱਲੇ ਮਰਨ ਵਾਲਾ ਮਿਰਜ਼ਾ ਸਾਰਿਆਂ ਨੂੰ ਯਾਦ ਹੈ, ਪਰ ਜਿਹੜੇ ਜੰਡਾਂ ਨਾਲ ਬੰਨ ਕੇ ਪੁੱਠੇ ਲਟਕਾ ਕੇ ਜਿਉਂਦੇ ਅੱਗ ਵਿੱਚ ਸਾੜੇ ਗਏ, ਉਹ ਸਾਨੂੰ ਭੁੱਲ ਗਏ। ਭਾਈ ਲਛਮਣ ਸਿੰਘ ਧਾਰੋਵਾਲ ਦਾ ਨਾਮ ਨਹੀਂ ਯਾਦ ਅੱਜ ਸਿੱਖਾਂ ਦੇ ਪੁੱਤਾਂ ਨੂੰ, ਕਿ ਭਾਈ ਲਛਮਣ ਸਿੰਘ ਧਾਰੋਵਾਲ ਨੂੰ ਉਹ ਨਰੈਣੂ ਮਹੰਤ ਦੇ ਗੁੰਡਿਆਂ ਨੇ ਜਿਉਂਦੇ ਨੂੰ ਦਰਖਤ ਨਾਲ ਪੁੱਠਾ ਲਟਕਾ ਕੇ ਅੱਗ ਲਾ ਕੇ ਸਾੜ ਦਿੱਤਾ ਸੀ? ਉਹ ਜੰਡ ਥੱਲੇ ਮਰਨ ਵਾਲਾ ਮਿਰਜ਼ਾ ਹੀ ਯਾਦ ਰਹਿ ਗਿਆ, ਜੰਡਾਂ ਦੇ ਨਾਲ ਪੁੱਠੇ ਲਟਕਾ ਕੇ ਬੰਨ ਕੇ ਅੱਗ ਵਿੱਚ ਸਾੜੇ ਜਾਣ ਵਾਲੇ ਸਾਨੂੰ ਭੁੱਲ ਗਏ। ਤੱਤੇ ਰੇਤੇ ਵਿੱਚ ਸੜ ਕੇ ਮਰ ਗਈ ਸੱਸੀ, ਆਪਣੇ ਆਸ਼ਕ ਨੂੰ ਲੱਭਦੀ ਲੱਭਦੀ ਮਰ ਗਈ, ਉਹ ਸੱਸੀ ਤਾਂ ਸਾਰਿਆਂ ਨੂੰ ਯਾਦ ਹੈ, ਪਰ ਜਿਸ ਗੁਰੂ ਦੇ ਸਿਰ ਵਿੱਚ ਸੜਦਾ ਬਲਦਾ ਰੇਤਾ ਪਿਆ ਨਾ, ਉਹ ਗੁਰੂ ਸਾਨੂੰ ਵਿਸਰ ਗਿਆ। ਮਹਾਤਮਾ ਗਾਂਧੀ, ਉਹ ਖੜਕਣੇ ਜਿਹਾ ਚਰਖਾ ਤਾਂ ਸਾਰਿਆਂ ਨੂੰ ਯਾਦ ਹੈ, ਪਰ ਭਾਈ ਸ਼ਵੇਕ ਸਿੰਘ ਅਤੇ ਭਾਈ ਸ਼ਾਹਬਾਜ਼ ਸਿੰਘ ਦੀ ਚਰਖੜੀ, ਉਹ ਸਾਨੂੰ ਵਿਸਰ ਗਈ।
ਕੱਚੀ ਗੜੀ ਵਿੱਚ ਲੜਨ ਵਾਲੇ ਭੁੱਲ ਗਏ ਤੇ ਕੱਚੇ ਘੜੇ ਤੇ ਤਰ ਕੇ ਡੁੱਬ ਕੇ ਮਰਨ ਵਾਲੇ ਸਾਨੂੰ ਯਾਦ ਰਹਿ ਗਏ। ਉਹ ਕੱਚੇ ਘੜੇ ਤੇ ਡੁੱਬ ਕੇ ਮਰਨ ਵਾਲੇ ਸਾਨੂੰ ਯਾਦ ਹੈ। ਕਲਾਕਾਰ ਜਿਹੜੇ ਉੱਠਦੇ ਹੀਰ ਰਾਂਝੇ ਦੇ ਗੀਤ ਗਾਉਂਦੇ ਆ, ਕੋਈ ਮਾਪਾ ਕਹਿੰਦਾ ਕਿ ਮੇਰੀ ਧੀ ਹੀਰ ਬਣੇ, ਕੋਈ ਭਰਾ ਕਹਿੰਦਾ ਕਿ ਮੇਰੀ ਭੈਣ ਹੀਰ ਬਣੇ, ਸਵਾਦ ਆਜੂ ਜੇ ਕੋਈ ਕਲਾਕਾਰ ਗੀਤ ਗਾਉਣ ਵਾਲਿਆਂ ਵਿੱਚੋਂ ਬਾਂਹ ਕੱਢ ਕੇ ਕਹੇ ਕਿ ਮੇਰੀ ਭੈਣ ਹੀਰ ਬਣੇ। ਲੋਕਾਂ ਦੀਆਂ ਕੁੜੀਆਂ ਨੂੰ ਕਹਿਣਾ ਸੌਖਾ ਵੀ ਸੜਕਾਂ 'ਤੇ ਅੱਗ ਤੁਰੀ ਜਾਂਦੀ ਆ, ਆ ਸੜਕਾਂ 'ਤੇ ਅੱਗ ਤੁਰੀ ਜਾਂਦੀ ਗਾਉਣ ਵਾਲੇ ਨੂੰ ਸਾਡੇ ਲੀਡਰਾਂ ਨੇ ਜਥੇਦਾਰ ਹੰਸਰਾਜ ਹੰਸ ਬਣਾਤਾ, ਉਹਨੂੰ ਸਿੱਖਾਂ ਦਾ ਜਥੇਦਾਰ ਥਾਪ ਕੇ ਰੱਖ ਦਿੱਤਾ। ਵਾਹਿਗੁਰੂ ਕਿਰਪਾ ਕਰੇ, ਸਤ ਸੰਗਤ ਆਓ ਸਰਵਣ ਕਰਿਓ। ਤੁਹਾਡੀ ਸੇਵਾ ਦੇ ਵਿੱਚ ਜਿਹੜੀ ਰਚਨਾ ਕਹਿਣ ਲੱਗਾ, ਦਿੱਲੀ ਦੀ ਧਰਤੀ ਦੇ ਉੱਤੇ ਐਡਾ ਬੇਸ਼ੁਮਾਰ ਕਤਲੇਆਮ ਮਚਿਆ, ਅੰਤਾਂ ਦਾ ਕਤਲੇਆਮ ਹੈ। ਇਹ ਨਹੀਂ ਵੇਖਿਆ ਜਾ ਰਿਹਾ ਵੀ ਇਹ ਕਾਂਗਰਸੀ ਆ, ਇਹ ਨਹੀਂ ਵੇਖਿਆ ਜਾ ਰਿਹਾ ਅਕਾਲੀ ਆ, ਇਹ ਨਹੀਂ ਵੇਖਿਆ ਜਾ ਰਿਹਾ ਹੋਰ ਪਾਰਟੀ ਦਾ, ਇਹ ਵੇਖਿਆ ਜਾ ਰਿਹਾ ਇਹਦੇ ਮੂੰਹ ਤੇ ਦਾੜਾ। ਅੱਗ ਲਾ ਕੇ ਫੂਕ ਦਿਓ, ਗਲ ਵਿੱਚ ਸੜਦਾ ਟਾਇਰ ਪਾ ਦਿਓ, ਸਿਰ ਵਿੱਚ ਰਾਡਾ ਮਾਰ ਮਾਰ ਕੇ ਇਹਦਾ ਕਤਲ ਕਰ ਦਿਓ। ਬੱਚਿਆਂ ਨੂੰ ਅੱਖਾਂ ਸਾਹਮਣੇ ਕਤਲ ਕੀਤਾ ਗਿਆ, ਜਿਨ੍ਹਾਂ ਮਹਾਸ਼ਿਆਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਸਾਡੇ ਵੱਡ ਵਡੇਰਿਆਂ ਨੇ ਛੁਡਾਈਆਂ ਸਨ, ਉਹਨਾਂ ਦੀਆਂ ਇੱਜ਼ਤਾਂ ਬਚਾਈਆਂ ਸਨ, ਕਹਿੰਦਿਆਂ ਸ਼ਰਮ ਆਉਂਦੀ ਆ। ਉਹਨਾਂ ਦੀ ਗੰਦੀ ਔਲਾਦ ਨੇ ਆਪਣੇ ਬਜ਼ੁਰਗਾਂ ਦੇ ਆਪਣੇ ਬਜ਼ੁਰਗਾਂ ਉੱਤੇ ਕੀਤੇ ਆਸਾਨ ਨੂੰ ਭੁਲਾ ਕੇ ਸਿੱਖਾਂ ਦੀਆਂ ਧੀਆਂ ਭੈਣਾਂ ਦੀ ਬੇਪਤੀ ਸ਼ਰੇ ਬਾਜ਼ਾਰ ਕੀਤੀ। ਸਤ ਸੰਗਤ, ਉੱਧਰ ਨਰਕਾਂ ਦੇ ਵਿੱਚ ਵੀ ਤਰਥੱਲੀ ਮਚ ਗਈ। ਨਰਕਾਂ ਦੇ ਵਿੱਚੋਂ ਨਰਕਾਂ ਦੇ ਵਾਸੀ ਇੰਦਰਾਂ ਨੂੰ ਲਾਹਣਤਾਂ ਪਾਉਂਦੇ, ਕਹਿਣ ਲੱਗੇ ਪ੍ਰਧਾਨ ਮੰਤਰੀ ਲਾਹਣਤ ਹੈ, ਮਰ ਕੇ ਤਾਂ ਅਸੀਂ ਵੀ ਇੱਥੇ ਆਏ ਹਾਂ, ਬਹੁਤ ਦੁਨੀਆਂ ਇੱਥੇ ਮਰ ਕੇ ਆਉਂਦੀ ਪਰ ਤੂੰ ਤਾਂ ਮਰਦੀ ਮਰਦੀ ਕਈਆਂ ਨੂੰ ਮਰਵਾ ਆਈ ਆ। ਜੇਕਰ ਸੁੱਖ ਚਾਹੁੰਦੀ ਆ ਆਪਣੇ ਪੋਤੀਆਂ ਪੋਤਿਆਂ ਦੀ, ਤੇ ਜਾ ਕੇ ਆਪਣੇ ਪੁੱਤ ਰਾਜੀਵ ਗਾਂਧੀ ਨੂੰ ਕਹਿ ਕੇ ਆ ਵੇ ਬੰਦੇ ਦਾ ਪੁੱਤ ਬਣ ਕੇ ਕਤਲੇਆਮ ਬੰਦ ਕਰਵਾ ਦੇ। ਆ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਆਪਣੇ ਪੁੱਤ ਰਾਜੀਵ ਗਾਂਧੀ ਦੇ ਸੁਪਨੇ 'ਚ ਆ ਕੇ ਇੱਕ ਸਿੱਖਿਆ ਦਿੰਦੀ ਆ, ਕਹਿਣ ਲੱਗੀ ਪੁੱਤਰਾ ਸਿੱਖਾਂ ਨਾਲ ਸਮਝੌਤਾ ਕਰ ਲਾ ਜੇ ਨਿਆਣਿਆਂ ਦੀ ਸੁੱਖ ਚਾਹੁੰਦਾ। ਇਹ ਸੁਪਨੇ ਵਿੱਚ ਆ ਕੇ ਆਪਣੇ ਪੁੱਤ ਰਾਜੀਵ ਗਾਂਧੀ ਨੂੰ ਕੀ ਕਹਿ ਰਹੀ ਹੈ, ਬੜੇ ਕਾਬਲੇ ਗੌਰ ਸ਼ਬਦ ਨੇ, ਬੜੀ ਕਾਬਲੇ ਗੌਰ ਰਚਨਾ ਹੈ ਤੇ ਕਾਬਲੇ ਗੌਰ ਅੰਦਾਜ਼ ਹੈ। ਢਾਡੀ ਲਖਵੀਰ ਸਿੰਘ ਪ੍ਰੀਤ ਪਿੰਡ ਤਲਬਣ, ਢਾਡੀ ਰਛਪਾਲ ਸਿੰਘ ਖੁਸ਼ਦਿਲ ਪਿੰਡ ਮੁੱਲਾਪੁਰ, ਸਰੰਗੀ ਮਾਸਟਰ ਹਰਦੀਪ ਸਿੰਘ ਦੀਪ ਪਿੰਡ ਤਲਬਣ, ਕੜਿਆਣੇ ਵਾਲਾ ਢਾਡੀ ਜੱਥਾ, ਇੰਦਰਾ ਗਾਂਧੀ ਦੇ ਸੁਪਨੇ ਵਿੱਚ ਜੋ ਮੁਲਾਕਾਤ ਦੇ ਦੌਰਾਨ ਸ਼ਬਦ ਆਖੇ ਗਏ ਰਾਜੀਵ ਗਾਂਧੀ ਨੂੰ, ਉਹਨਾਂ ਸ਼ਬਦਾਂ ਦਾ ਵੇਰਵਾ ਢਾਡੀ ਜੱਥੇ ਦੀ ਜਵਾਨੋ ਹੇ ਇਉਂ ਸਰਵਣ ਕਰੋ। ਛਾਤੀ ਵਿੱਚੋਂ
ਗੋਲੀਆਂ ਲੰਘਾਤੀ ਵੇ ਮੈਂ ਇੰਦਰਾ ਗਾਂਧੀ ਮਿੱਟੀ ਚ ਬੇਅੰਤ ਨੇ ਮਨਾਤੀ ਵੇ ਮੈਂ ਇੰਦਰਾ ਗਾਂਧੀ ਭੋਲੇ ਭਾਲੇ ਜਿੰਨੇ ਆ ਪਿੰਡਰਾਂ ਵਾਲੇ ਲੱਗਦੇ ਆ ਭੋਲੇ ਭਾਲੇ ਜਿੰਨੇ ਆ ਪਿੰਡਰਾਂ ਵਾਲੇ ਲੱਗਦੇ ਆ ਭੋਲੇ ਭਾਲੇ ਜਿੰਨੇ ਆ ਪਿੰਡਰਾਂ ਵਾਲੇ ਲੱਗਦੇ ਆ ਭੋਲੇ ਭਾਲੇ ਸੰਤਾਂ ਦੇ ਚੇਲੇ ਵਾਲੇ ਕਰਦੇ ਨੇ ਕੰਮਨ ਰਾਲੇ ਸੰਤਾਂ ਦੇ ਚੇਲੇ ਵਾਲੇ ਕਰਦੇ ਨੇ ਕੰਮਨ ਰਾਲੇ ਸੰਤਾਂ ਦੇ ਸੰਤਾਂ ਦੇ ਚੇਲੇ ਵਾਲੇ ਕਰਦੇ ਨੇ ਕੰਮ ਨਰਾਲੇ ਨੇੜੇ ਹੋ ਕੇ ਪਾਉਂਦੇ ਆ ਪਟਾਕਾ ਵੇ ਪੁੱਤ ਬਚ ਕੇ ਰਹਿਣਾ ਬਣਦੇ ਨਾ ਮਿੱਤਰ ਸਿੰਘ ਕਾਕਾ ਵੇ ਪੁੱਤ ਬਚ ਕੇ ਰਹਿਣਾ ਨਿਆਣੇ ਨਿੱਕੇ ਆਪ ਦੇ ਬਚਾ ਲੈ ਵੇ ਸਮਝੌਤਾ ਕਰ ਲੈ ਨਿਆਣੇ ਨਿੱਕੇ ਆਪ ਦੇ ਬਚਾ ਲੈ ਵੇ ਸਮਝੌਤਾ ਕਰ ਲੈ ਨਾਲ ਡੋਰੀ
ਮਾਈ ਤੇ ਚੜਾਤੀ ਵੇ ਰੋਂਦੀ ਕਰ ਲਾਉਂਦੀ ਮਾਈਏ ਨਾ ਬੇਅੰਤ ਨੇ ਮਲਾਤੀ ਵੇ ਰੋਂਦੀ ਕਰ ਲਾਉਂਦੀ ਮਰਜ਼ੀ ਤੇਰੀ ਪੁੱਤਰ ਗੱਲ ਮੰਨ ਜਾ ਮੇਰੀ ਅੱਗੇ ਫਿਰ ਮਰਜ਼ੀ ਤੇਰੀ ਪੁੱਤਰ ਗੱਲ ਮੰਨ ਜਾ ਮੇਰੀ ਅੱਗੇ ਫਿਰ ਮਰਜ਼ੀ ਤੇਰੀ ਪੁੱਤਰ ਗੱਲ ਮੰਨ ਜਾ ਮੇਰੀ ਅੱਗੇ ਫਿਰ ਮਰਜ਼ੀ ਤੇਰੀ ਚੰਗਾ ਹੁੰਦਾ ਹੈ ਪੁੱਤ ਡਰਿਆ ਦੇ ਲੋਕੀ ਸਾਰੇ ਕਹਿੰਦੇ ਪਿੰਡਰਾਂ ਵਾਲਾ ਨੀ ਹਾਲੇ ਮਰਿਆ ਵੇ ਲੋਕੀ ਸਾਰੇ ਕਹਿੰਦੇ ਪਿੰਡਰਾਂ ਵਾਲਾ ਨੀ ਹਾਲੇ ਮਰਿਆ ਵੇ ਲੋਕੀ ਸਾਰੇ ਕਹਿੰਦੇ ਪਿੰਡਰਾਂ ਵਾਲਾ ਨੀ ਹਾਲੇ ਮਰਿਆ ਵੇ ਲੋਕੀ ਸਾਰੇ ਕਹਿੰਦੇ ਗੁਰੂ ਕੇ ਸ਼ੇਰ ਕੈਸਾ ਇਤਿਹਾਸ ਸਿਰਜਦੇ ਨੇ ਕਹਿੰਦੇ ਸੱਪ ਦਾ ਡੰਗਿਆ ਤੇ ਸਿੰਘਾਂ ਦਾ ਟੰਗਿਆ ਉਹਨੇ ਮੁੜ ਕੇ ਕਦੇ ਪਾਣੀ ਨਹੀਂ ਮੰਗਿਆ ਆ ਗੁਰੂ ਕੇ ਲਾਲਾ ਨੇ ਟੀਸੀ ਦਾ ਬੇਰ ਝਾੜ ਕੇ ਬਦਲਾ ਲੈ ਲਿਆ ਸਾਰੀ ਸੰਗਤ ਨੇ ਪਿਆਰ ਨਾਲ ਸੁਣਿਆ ਸਭ ਦਾ ਧੰਨਵਾਦ।